ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਬ੍ਰੇਕ ਪਸੰਦ ਆਇਆ ਹੋਗਾ ਤੁਹਾਨੂੰ ਸਾਰਿਆਂ ਨੂੰ ਯਾਦ ਰਹਿਦਾ ਕਿ ਤੁਸੀਂ ਅੱਜ ਵੀ ਲਾਈਵ ਇੰਟਰੈਕਟਿਵ ਸ਼ੋਅ ਚੀਜ਼ ਰਹਿਣਾ ਚਾਹੁੰਦੇ ਆ ਦੈਨ ਦ ਨੰਬਰਸ ਆਰ ਐਟ ਦ ਬੋਟਮ ਆਫ ਦ ਸਕਰੀਨ ਗਿਵ ਮੀ ਅ ਕਾਲ ਸਟ੍ਰੇਟ ਅਵੇ ਐਂਡ ਮੇਕ ਦ ਮੋਸਟ ਆਫ ਦਿਸ ਟਾਈਮ ਅੱਜ ਦਾ ਸ਼ੋਅ ਤੁਹਾਡੇ ਸਾਹਮਣੇ ਠੀਕ 2 ਵਜੇ ਤੱਕ ਰਹੂਗਾ ਜਿਹੜੀ ਵੀ ਗੱਲ ਤੁਸੀਂ ਪੁੱਛਣਾ ਚਾਹੁੰਦੇ ਹੈਗੇ ਕੋਈ ਵੀ ਗੱਲ ਕਰਨਾ ਚਾਹੁੰਦੇ ਹੈਗੇ ਹੁਣ ਹੀ ਪੁੱਛ ਲਓ ਹੁਣ ਹੀ ਕਰ ਲਓ ਫੇਰ ਨਾ ਕਹੀਓ ਕਿ ਮੌਕਾ ਨਹੀਂ ਮਿਲਿਆ ਚਾਂਸ ਨਹੀਂ ਮਿਲਿਆ ਹੁਣ ਜਿਹੜੇ ਸਾਡੇ ਸਭ ਤੋਂ ਪਹਿਲੇ ਕਾਲਰ ਸੀਗੇ ਵੈਰੀ ਵੈਲਿਡ ਕੁਐਸਚਨ ਸ਼ੀ ਰੇਜ਼ਡ ਕਈ ਵਾਰੀ ਕੀ ਹੁੰਦਾ ਹੈਗਾ ਆ ਕਿ ਜਦੋਂ ਤੁਸੀਂ ਆਪਣੀ ਲਾਈਫ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਦਾ ਸਾਹਮਣਾ ਕਰਦੇ ਹੈਗੇ ਪ੍ਰੋਬਲਮ ਦਾ ਸਾਹਮਣਾ ਕਰਦੇ ਹੈਗੇ ਆ ਜੇ ਖਾਸ ਕਰਕੇ ਜੇ ਉਹ ਕਿਸੇ ਕਿਸਮ ਦੀ ਕੋਈ ਡਾਰਕ ਐਨਰਜੀ ਹੋਵੇ ਜਾਂ ਉਹ ਨੈਗੇਟਿਵ ਐਨਰਜੀ ਹੋਵੇ ਫਿਰ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਉਹ ਚੀਜ਼ ਆਪਣੇ ਆਪ ਹੀ ਇੱਦਾਂ ਦੀ ਕੋਸ਼ਿਸ਼ ਕਰਦੀ ਹੈ ਕਿ ਇੱਦਾਂ ਦਾ ਕੁਛ ਸਟੈਪ ਲੈਂਦੀ ਹੈ ਕਿ ਜਿਹਦੇ ਨਾਲ ਤੁਸੀਂ ਪਰਮਾਤਮਾ ਤੋਂ ਦੂਰ ਹੋ ਜਾਓ ਕਿਉਂਕਿ ਜਿਹੜੀ ਚੀਜ਼ ਨੇ ਤੁਹਾਡੀ ਰੱਖਿਆ ਕਰਨੀ ਆ ਜਿਹੜੀ ਚੀਜ਼ ਨੇ ਤੁਹਾਨੂੰ ਸਟਰੋਂਗ ਬਣਾਉਣਾ ਹੈਗਾ ਆ ਉਸ ਨੈਗੇਟਿਵ ਐਨਰਜੀ ਨੇ ਤੁਹਾਨੂੰ ਉਸੇ ਚੀਜ਼ ਤੋਂ ਦੂਰ ਕਰ ਦੇਣਾ ਹੈਗਾ ਆ ਜਿਹੜੀ ਸ਼ਕਤੀ ਦਾ ਸਾਨੂੰ ਸਹਾਰਾ ਚਾਹੀਦਾ ਉਹਨੇ ਉਸੇ ਸ਼ਕਤੀ ਤੋਂ ਸਾਨੂੰ ਦੂਰ ਕਰ ਦੇਣਾ ਹੈਗਾ ਆ ਫਿਰ ਤੁਸੀਂ ਆਪਣੀ ਓਨ ਐਨਰਜੀ ਨੂੰ ਤੁਸੀਂ ਨੈਗੇਟਿਵ ਨਹੀਂ ਹੋਣ ਦੇਣਾ ਜਿੱਥੇ ਤੱਕ ਕਿ ਹੋ ਸਕੇ ਆਪਣੀ ਲਾਈਫ ਨੂੰ ਆਪਣੀ ਐਨਰਜੀ ਨੂੰ ਤੁਸੀਂ ਪੋਜ਼ਿਟਿਵ ਬਣਾਓ ਦੈਟਸ ਗੋਇੰਗ ਟੂ ਹੈਲਪ ਯੂ ਦ ਰਾਈਟ ਵੇ ਪਰ ਜਦੋਂ ਤੁਸੀਂ ਪਰਮਾਤਮਾ ਦਾ ਸਹਾਰਾ ਛੱਡ ਕੇ ਤੁਸੀਂ ਇੱਧਰ ਉੱਧਰ ਭਟਕਣਾ ਸ਼ੁਰੂ ਕਰ ਦਿੰਦੇ ਹੈਗੇ ਆ ਆਈ ਪ੍ਰੋਮਿਸ ਯੂ ਉਹ ਇੱਕ ਇਹੋ ਜਿਹਾ ਟਾਈਮ ਹੁੰਦਾ ਆ ਕਿ ਜਿੱਥੇ ਤੁਹਾਡੀ ਐਨਰਜੀ ਜ਼ਿਆਦਾ ਵਰਸ ਹੋ ਜਾਂਦੀ ਆ ਕਈ ਵਾਰੀ ਥੋੜ੍ਹੇ ਬਹੁਤ ਟਾਈਮ ਦੇ ਲਈ ਇੱਦਾਂ ਲੱਗਦਾ ਹੈਗਾ ਆ ਕਿ ਚਲੋ ਅੱਗੇ ਜਾ ਕੇ ਕੁਛ ਨਾ ਕੁਛ ਠੀਕ ਹੋ ਜਾਊਗਾ ਥੋੜ੍ਹੀ ਬਹੁਤ ਸਾਨੂੰ ਝੂਠੀ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈਗੀ ਆ ਪਰ ਦ ਟਰੂਥ ਇਜ਼ ਕਿ ਜਿਹੜੀਆਂ ਸ਼ੈਤਾਨੀ ਸ਼ਕਤੀਆਂ ਹੁੰਦੀਆਂ ਨਾ ਇਹਨਾਂ ਦਾ ਜਾਲ ਬਹੁਤ ਵੱਡਾ ਹੁੰਦਾ ਆ ਇਹਨਾਂ ਦੇ ਪਰਦੇ ਦੇ ਅੱਗੇ ਸਾਨੂੰ ਕੁਛ ਨਜ਼ਰ ਹੀ ਨਹੀਂ ਆਉਂਦਾ ਹੈਗਾ ਜੋ ਇਹ ਸਾਡੀ ਅਕਲ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਪਰਦਾ ਪਾ ਦਿੰਦੇ ਆ ਉਹਦੇ ਨਾਲ ਤਾਂ ਸਾਨੂੰ ਇਹ ਇੱਦਾਂ ਹੀ ਲੱਗਦਾ ਹੈਗਾ ਕਿ ਨਹੀਂ ਨਹੀਂ ਜੋ ਹੋ ਰਿਹਾ ਸਹੀ ਹੋ ਰਿਹਾ ਆ ਐਂਡ ਫੋਰ ਅ ਲਿਟਲ ਵਾਈਲ ਅਸੀਂ ਘੁੰਮਣ ਘੇਰੇ 'ਚ ਫਸੇ ਰਹਿੰਦੇ ਹੈਗੇ ਆ ਬਾਈ ਦ ਟਾਈਮ ਯੂ ਐਕਚੁਲੀ ਵੇਕ ਅਪ ਐਂਡ ਓਪਨ ਯੂਰ ਆਈਜ਼ ਯੂ ਰਿਅਲਾਈਜ਼ ਦੈਟ ਯੂਰ ਸੋ ਫਾਰ ਇਨ ਟੂ ਦ ਵੁੱਡਸ ਦੇਰ ਇਜ਼ ਨੋ ਵੇ ਆਊਟ ਤੁਸੀਂ ਲੱਭਦੇ ਆ ਕਿ ਮੈਨੂੰ ਕੋਈ ਰਸਤਾ ਮਿਲੇ ਕਿ ਮੈਂ ਇੱਥੋਂ ਪ੍ਰੋਬਲਮ ਤੋਂ ਬਾਹਰ ਨਿਕਲਾਂ ਮੁਸ਼ਕਿਲ ਤੋਂ ਬਚਾਂ ਕੋਈ ਰਸਤਾ ਨਹੀਂ ਲੱਭਦਾ ਹੈਗਾ ਕਿਉਂਕਿ ਉਦੋਂ ਤੱਕ ਜਿਹੜੀ ਉਹ ਨੈਗੇਟਿਵ ਐਨਰਜੀ ਹੁੰਦੀ ਉਹ ਡਾਰਕ ਐਨਰਜੀ ਹੁੰਦੀ ਹੈਗੀ ਆ ਉਹ ਆਪਣਾ ਘੇਰਾ ਪਾ ਲੈਂਦੀ ਆ ਉਹਨੇ ਤੁਹਾਨੂੰ ਆਪਣੇ ਚੱਕਰ ਵਿਊ 'ਚ ਉਹ ਰੈਡੀ ਫਸਾ ਲਿਆ ਹੁੰਦਾ ਆ ਫਿਰ ਤੁਹਾਡੇ ਤੁਸੀਂ ਬੁਖਲਾ ਜਾਂਦੇ ਆ ਫਿਰ ਤੁਸੀਂ ਹੋਰ ਵੀ ਜ਼ਿਆਦਾ ਇੱਦਾਂ ਕਰਦੇ ਆ ਕਿ ਕਿਤੋਂ ਵੀ ਹੈਲਪ ਮਿਲ ਜਾਵੇ ਕੋਈ ਵੀ ਹੈਲਪ ਮਿਲ ਜਾਵੇ ਜਿੱਦਾਂ ਦੀ ਵੀ ਮਿਲ ਜਾਵੇ ਬਸ ਸਾਨੂੰ ਥੋੜ੍ਹੀ ਬਹੁਤ ਹੈਲਪ ਮਿਲ ਜਾਵੇ ਥੋੜ੍ਹਾ ਬਹੁਤ ਤਾਂ ਕੁਛ ਫਰਕ ਪਵੇ ਜਿਹਨੇ ਇੰਨੀ ਜ਼ਿਆਦਾ ਮੁਸੀਬਤ 'ਚ ਪੈਣ ਤੋਂ ਪਹਿਲਾਂ ਹੀ ਜੇ ਤੁਸੀਂ ਸਭ ਤੋਂ ਪਹਿਲਾਂ ਸਟੈਪ ਹੀ ਇਹੀ ਲਓ ਕਿ ਤੁਸੀਂ ਸਿਰਫ ਅਤੇ ਸਿਰਫ ਪਰਮਾਤਮਾ ਦੀ ਸ਼ਕਤੀ ਦਾ ਸਹਾਰਾ ਲਓ ਦੈਟਸ ਮੋਰ ਦੈਨ ਇਨਫ ਟੂ ਹੈਲਪ ਯੂ ਉਹਦੇ ਨਾਲ ਹੀ ਤੇਰੇ ਕੰਮ ਪੂਰੇ ਹੋ ਜਾਣੇ ਹੈਗੇ ਆ ਉਹਦੇ ਨਾਲ ਹੀ ਤੇਰੇ ਕੰਮ ਬਣ ਜਾਣੇ ਹੈਗੇ ਆ ਹਜੇ ਰੀਸੈਂਟਲੀ ਮੈਂ ਇੱਕ ਜੈਂਟਲਮੈਨ ਦੀ ਰੀਡਿੰਗ ਕੀਤੀ ਉਹਨਾਂ ਦੇ ਘਰ ਪਰਿਵਾਰ 'ਚ ਬਹੁਤ ਪ੍ਰੋਬਲਮਾਂ ਚੱਲ ਰਹੀਆਂ ਸੀਗੀਆਂ ਅਤੇ ਉਹਨਾਂ ਨੇ ਉਹ ਜਦੋਂ ਜਿਸ ਵੇਲੇ ਆਪਣੀ ਵਾਈਫ ਦੇ ਨਾਲ ਆਏ ਕਹਿੰਦੇ ਕਿ ਆਰਤੀ ਜੀ ਸਾਨੂੰ ਦੱਸੋ ਕਿ ਅਸੀਂ ਕਿੱਦਾਂ ਕਰੀਏ ਕੀ ਕਰੀਏ ਸਮਝ ਨਹੀਂ ਆ ਰਿਹਾ ਹੈਗਾ ਸਿੰਪਲ ਜਿਹਾ ਉਹਨਾਂ ਨੂੰ ਉਪਾਅ ਕਰਨਾ ਪੈਣਾ ਸੀਗਾ ਸਿੰਪਲ ਜਿਹਾ ਸ਼ਬਦ ਅਤੇ ਮੈਨੂੰ ਕਹਿੰਦੇ ਬਸ ਇੱਕ ਸ਼ਬਦ ਇਹਦੇ ਨਾਲ ਹੀ ਹੋ ਜਾਣਾ ਠੀਕ ਮੈਂ ਕਿਹਾ ਹਾਂਜੀ ਇਹਦੇ ਨਾਲ ਹੀ ਹੋ ਜਾਣਾ ਉਹ ਇੰਨਾ ਉਹ ਸ਼ੌਕ ਹੋ ਗਿਆ ਕਿ ਇੱਦਾਂ ਕਿੱਦਾਂ ਹੋ ਸਕਦਾ ਕਿ ਇੱਕ ਸਿੰਪਲ ਜਿਹੇ ਸ਼ਬਦ ਦੇ ਨਾਲ ਸਾਡਾ ਕੰਮ ਪੂਰਾ ਹੋ ਜਾਵੇ ਕਿਉਂਕਿ ਉਹਨਾਂ ਦੀ ਪ੍ਰੋਬਲਮਾਂ ਇੰਨੀਆਂ ਭਾਰੀਆਂ ਭਾਰੀਆਂ ਸੀਗੀਆਂ ਪਰ ਉਹਨਾਂ ਦੀ ਐਨਰਜੀ ਦਾ ਜਦੋਂ ਮੈਂ ਚੈੱਕ ਕੀਤੀ ਮੈਂ ਇਹ ਨੋਟਿਸ ਕੀਤਾ ਕਿ ਉਹਨਾਂ ਨੇ ਕਦੇ ਕਿਸੇ ਹੋਰ ਬੈਡ ਐਨਰਜੀ ਦਾ ਕਦੇ ਵੀ ਲਾਈਫ ਦੇ ਵਿੱਚ ਉਹਨਾਂ ਨੇ ਕਿਸੇ ਵੀ ਬੈਡ ਐਨਰਜੀ ਦਾ ਸਹਾਰਾ ਨਹੀਂ ਦਿੱਤਾ ਉਹਨਾਂ ਦੇ ਨਾਲ ਬੁਰਾ ਹੋਇਆ ਪਰ ਉਹਨਾਂ ਨੇ ਕਦੇ ਕਿਸੇ ਦਾ ਬੁਰਾ ਕੀਤਾ ਨਹੀਂ ਇੰਨੇ ਨੇਕ ਦਿਲ ਬੰਦੇ ਸੀਗੇ ਦੋਨੋਂ ਹਸਬੈਂਡ ਵਾਈਫ ਰੀਲੀ ਗੁੱਡ ਕਾਈਂਡ ਹਾਰਟਿਡ ਪੀਪਲ ਮਿਹਨਤ ਦੀ ਕਮਾਈ ਮਿਹਨਤ ਦੀ ਖਾਈ ਕਦੇ ਉਹਨਾਂ ਨੇ ਕਿਸੇ ਦਾ ਜੇ ਮੈਂ ਕਹਿਵਾਂ ਨਾ ਕਿ ਇੱਕ ਚੋਲ ਦਾ ਦਾਣਾ ਵੀ ਉਹਨੇ ਕਿਸੇ ਤੋਂ ਉਹਨਾਂ ਨੇ ਕਿਸੇ ਦਾ ਲਿੱਤਾ ਹੋਵੇ ਈਵਨ ਦੈਟ ਵੁੱਡ ਬੀ ਅ ਲਾਈ ਕਿਉਂਕਿ ਉਹਨਾਂ ਨੇ ਕਦੇ ਕਿਸੇ ਤੋਂ ਕੁਛ ਨਹੀਂ ਲਿੱਤਾ ਸਗੋਂ ਦਿੱਤਾ ਹੀ ਦਿੱਤਾ ਆ ਸੇ ਉਹਨਾਂ ਦੀ ਐਨਰਜੀ ਇੰਨੀ ਪਿਓਰ ਸੀਗੀ ਤਾਂ ਦੇ ਡਿਡ ਨੀਡ ਟੂ ਡੂ ਐਨੀਥਿੰਗ ਐਲਸ ਜੇ ਉਹ ਗਲਤ ਚੱਕਰਾਂ 'ਚ ਪੈ ਜਾਂਦੇ ਜੇ ਉਹ ਘੁੰਮਣ ਘੇਰੀਆਂ 'ਚ ਫਸ ਜਾਂਦੇ ਫਿਰ ਉਸ ਮੁਸੀਬਤ ਤੋਂ ਉਸ ਮੁਸ਼ਕਿਲ ਤੋਂ ਨਿਕਲਣਾ ਨਾਮੁਮਕਿਨ ਹੋ ਜਾਣਾ ਸੀਗਾ ਉਹਨਾਂ ਦੇ ਲਈ ਬਿਕੋਜ਼ ਦੈਟ ਨੈਗੇਟਿਵ ਐਨਰਜੀ ਵਾਸ ਸੋ ਡੈਂਸ ਬਟ ਦੇ ਏਬਲ ਟੂ ਸੋਰਟ ਇਟ ਆਊਟ ਦੈਮਸੈਲਵਸ ਮੈਨੂੰ ਕਹਿੰਦੇ ਆਰਤੀ ਜੀ ਤੁਸੀਂ ਜਿੱਦਾਂ ਨਾਲ ਕਿੱਦਾਂ ਕਰਕੇ ਸਾਡੇ ਘਰ ਆ ਜਾਓ ਸਾਡੇ ਕੋਲ ਆ ਜਾਓ ਪਲੀਜ਼ ਹੈਲਪ ਕਰ ਦਿਓ ਅਸੀਂ ਮਾਈਂਡ ਨਹੀਂ ਕਰਦੇ ਜੋ ਵੀ ਅਸੀਂ ਤੁਹਾਡੀ ਸਪੋਰਟ ਕਰਾਂਗੇ ਹੈਲਪ ਕਰਾਂਗੇ ਪਰ ਦੇਰ ਵਾਜ਼ ਨਥਿੰਗ ਐਲਸ ਦੇ ਨੀਡਿਡ ਟੂ ਡੂ ਦੇਰ ਵਾਜ਼ ਐਬਸੋਲੂਟਲੀ ਨਥਿੰਗ ਐਲਸ ਯੂ ਨੋ ਅੱਜ ਸਵੇਰੇ ਮੇਰੀ ਉਹਨਾਂ ਨਾਲ ਦੁਆਰ ਦੀ ਗੱਲ ਹੋਈ ਅਤੇ ਮੈਨੂੰ ਕਹਿੰਦੇ ਕਿ ਆਰਤੀ ਜੀ ਅਸੀਂ ਪਾਠ ਕਰ ਰਹੇ ਹਾਂ ਬਹੁਤ ਅੱਛਾ ਚੱਲ ਰਿਹਾ ਸਹੀ ਚੱਲ ਰਿਹਾ ਹੈਗਾ ਆ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈਗਾ ਆ ਸੋ ਇਟਸ ਰੀਲੀ ਗੁੱਡ ਜਦੋਂ ਪਰਮਾਤਮਾ ਦਾ ਨਾਮ ਹੀ ਸਾਡੇ ਕੰਨਾਂ 'ਚ ਪੈਂਦਾ ਹੈ ਨਾ ਜਾਂ ਜਦ ਅਸੀਂ ਆਪਣੀ ਜੀਭ ਦੇ ਨਾਲ ਰੱਬ ਦਾ ਨਾਮ ਲੈਂਦੇ ਵੀ ਆ ਵੀ ਪੁਟਿੰਗ ਇਟ ਟੂ ਗੁੱਡ ਯੂਜ਼
we're putting our ears to good use as well. Jad asi koi paath sunde ya kirtan shabad jo vi si rab da naam sunde ya, we're putting our ears to good use. Jis parmatma ne saadi rachna kiti hai, saade pure sharir nu ohne rachya hega ya, asi ohda dhanyawad karde ya ki thank you rabba ki tu saadi madad kar reha hega ya, ki sanu sharir hi tu taan ditta ki asi tera naam le sakiye. ਸਾਨੂੰ ਆਪਣੀ ਐਨਰਜੀ ਨੂੰ ਹਮੇਸ਼ਾ ਪੋਜ਼ਿਟਿਵ ਰੱਖਣਾ ਚਾਹੀਦਾ ਹੈ ਕਦੇ ਵੀ ਨੈਗੇਟਿਵ ਐਨਰਜੀ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਹੈਗਾ ਇਹ ਜਿਹੜਾ ਤੁਸੀਂ ਗਲਤ ਚੱਕਰਾਂ 'ਚ ਫਸਦੇ ਹੈਗੇ ਆ ਜਿਹੜਾ ਤੁਸੀਂ ਘੁੰਮਣ ਘੇਰੇ 'ਚ ਫਸਦੇ ਆ ਉਹਦੀ ਵਜ੍ਹਾ ਨਾਲ ਤੁਸੀਂ ਜ਼ਿਆਦਾ ਸਫ਼ਰ ਕਰਦੇ ਆ ਫਿਰ ਆਪਣੇ ਆਪ ਹੀ ਤੁਹਾਡੇ ਬੱਚੇ ਕਹਿਣਗੇ ਕਿ ਅਸੀਂ ਬਿਲੀਵ ਨਹੀਂ ਕਰਦੇ ਉਹ ਤਾਂ ਸਗੋਂ ਧਰਮ ਤੋਂ ਵੀ ਪਿੱਛੇ ਹਟ ਜਾਂਦੇ ਆ ਕਿਉਂਕਿ ਦੇਖੇ ਮਿਕਸਡ ਅਪ ਐਂਡ ਕਨਫਿਊਜ਼ਡ ਉਹ ਇਹ ਨੈਗੇਟਿਵ ਐਨਰਜੀ ਨੂੰ ਡਾਰਕ ਐਨਰਜੀ ਨੂੰ ਤਾਂਤਰਿਕ ਵਿਦਿਆ ਨੂੰ ਧਰਮ ਦੇ ਨਾਲ ਜੋੜ ਕੇ ਬਹਿ ਜਾਂਦੇ ਹੈਗੇ ਆ Whereas it's got nothing to do with religion whatsoever. ਇਹ ਤਾਂ ਇਹਨਾਂ ਦੇ ਪੁੱਠੇ ਲੋਕ ਆ ਕਿ ਜਿਹੜੇ ਤੁਹਾਨੂੰ ਘੁੰਮਣ ਘੇਰੀਆਂ 'ਚ ਲੈ ਜਾਂਦੇ ਆ ਕਿਉਂਕਿ ਉਹਨਾਂ ਨੇ ਤਾਂ ਆਪਣਾ ਜੋ ਵੀ ਉਹਨਾਂ ਨੇ ਸਮਾਨ ਵੇਚਣਾ ਆ ਜਾਂ ਕੋਈ ਚੀਜ਼ ਤੁਹਾਨੂੰ ਦੇਣੀ ਹੈਗੀ ਆ ਆਪਣਾ ਝੂਠ ਤੁਹਾਨੂੰ ਵੇਚਣਾ ਹੈਗਾ ਆ ਉਹਦੇ ਤਾਂ ਕਿੰਨੀ ਮਰਜ਼ੀ ਝੂਠ ਬੋਲੀ ਜਾਣ ਉਹਨਾਂ ਨੂੰ ਕੋਈ ਬੋਦਰ ਨਹੀਂ ਹੁੰਦੀ ਹੈਗੀ ਤੇ ਆਲਰੇਡੀ ਮੇਡ ਦੇ ਡੀਲ ਵਿਦ ਦੇ ਡੈਵਲ ਉਹਨਾਂ ਨੇ ਆਲਰੇਡੀ ਸ਼ੈਤਾਨ ਦੇ ਨਾਲ ਸਮਝੌਤਾ ਕਰ ਲਿਆ ਹੈਗਾ ਆ ਉਹਨਾਂ ਨੂੰ ਪਤਾ ਆ ਕਿ ਜਦੋਂ ਉਹਨਾਂ ਦਾ ਸਰੀਰ ਨਹੀਂ ਰਹੂਗਾ ਉਹਨਾਂ ਨੇ ਕਿੱਥੇ ਜਾਣਾ ਆ So, you just be careful from your side. ਤੁਹਾਡੇ ਕੋਲ ਪੂਰਾ ਹੱਕ ਹੈਗਾ ਕਿ ਤੁਸੀਂ ਕੁਛ ਵੀ ਸਟੈਪ ਲੈਣ ਤੋਂ ਪਹਿਲਾਂ ਤੁਸੀਂ ਪਹਿਲਾਂ ਥੋੜ੍ਹੀ ਬਹੁਤ ਰਿਸਰਚ ਕਰੋ ਤੁਸੀਂ ਚੈੱਕ ਕਰੋ ਪਤਾ ਲਗਾਓ ਜੇ ਕੋਈ ਪਰਸਨ ਕਲੇਮ ਕਰਦਾ ਹੈਗਾ ਇਫ ਦੇ ਕਲੇਮ ਟੂ ਬੀ ਰੀਲੀ ਜੈਨੂਇਨ ਐਂਡ ਰੀਲੀ ਗੁੱਡ ਦੈਨ ਫਾਈਂਡ ਆਊਟ ਅਬਾਊਟ ਦੈਮ ਆਰ ਦੇ ਨੋ ਆਰ ਦੇ ਜਸਟ ਮਿਸਿੰਗ ਪੀਪਲ ਅਰਾਊਂਡ ਔਰ ਦੇ ਮਿਸਿੰਗ ਯੂ ਅਰਾਊਂਡ ਆਰ ਦੇ ਈਵਨ ਪੇਇੰਗ ਦੇ ਟੈਕਸਿਸ ਇਹ ਚੀਜ਼ਾਂ ਨੂੰ ਚੈੱਕ ਕਰਨਾ ਜ਼ਰੂਰੀ ਹੁੰਦਾ ਆ ਇਟਸ ਇੰਪੋਰਟੈਂਟ ਫੋਰ ਯੂ ਟੂ ਚੈੱਕ ਦਿਸ ਕਿਉਂਕਿ ਉਹਦੇ ਨਾਲ ਤੁਸੀਂ ਆਪਣੀ ਐਨਰਜੀ ਨੂੰ ਆਪਣੀ ਲਾਈਫ ਨੂੰ ਤੁਸੀਂ ਸਟਰੋਂਗ ਬਣਾ ਸਕਦੇ ਹੈਗੇ ਆ ਮੈਨੂੰ ਯਾਦ ਆ ਕਾਫੀ ਸਾਲ ਹੁੰਦੀ ਹੁਣ ਇਹ ਗੱਲ ਹੈਗੀ ਆ ਕਾਫੀ ਸਾਲ ਪਹਿਲਾਂ ਇਸ ਸ਼ੋਅ ਦਾ ਨਾਮ ਕੁਛ ਹੋਰ ਹੁੰਦਾ ਸੀਗਾ ਇਹ ਯੂਸ ਟੂ ਬੀ ਕੋਲਡ ਕਾਰਡਸ ਆਫ ਡੈਸਟਨੀ ਬਿਫੋਰ ਇਹ ਤੋਂ ਪਹਿਲਾਂ ਕਿਸੇ ਦਾ ਨਾਮ ਕਿਸਮਤ ਕਰਮਾ ਰੱਖਿਆ ਉਹ ਤੋਂ ਪਹਿਲਾਂ ਦਾ ਨਾਮ ਕੁਛ ਹੋਰ ਹੁੰਦਾ ਸੀਗਾ ਉਸ ਟਾਈਮ ਦੀ ਗੱਲ ਹੈਗੀ ਆ ਉਸ ਵੇਲੇ ਸਾਡਾ ਆਫਿਸ ਵੀ ਕਿਸੇ ਡਿਫਰੈਂਟ ਜਗ੍ਹਾ 'ਤੇ ਹੁੰਦਾ ਸੀਗਾ ਜਿਹੜਾ ਮੇਨ ਆਫਿਸ ਸਾਡਾ ਸੀਗਾ ਅਤੇ ਉੱਥੇ ਦੋ ਲੇਡੀਜ਼ ਆਈਆਂ ਅਤੇ ਕਹਿੰਦੇ ਕਿ ਕਿਸੇ ਨੇ ਕਾਰਡਸ ਆਫ ਡੈਸਟਨੀ ਤੋਂ ਸਾਡੇ ਕੋਲੋਂ ਇੰਨੇ ਜ਼ਿਆਦਾ ਪੈਸੇ ਕੈਸ਼ ਲੈ ਲਏ ਅਤੇ ਸਾਡਾ ਕੋਈ ਕੰਮ ਨਹੀਂ ਕੀਤਾ ਸਮਝ ਨਹੀਂ ਆਉਂਦਾ ਅਸੀਂ ਕੀ ਕਰੀਏ ਫਿਰ ਤਾਂ ਅਸੀਂ ਆਰਤੀ ਕੋਲ ਆਏ ਹਾਂ ਅਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਉਹਨਾਂ ਨੂੰ ਮਿਲਿਆ ਕਿ ਤੁਹਾਡੇ ਤੋਂ ਮੇਰੇ ਨਾਲ ਕਦੇ ਪਹਿਲਾਂ ਗੱਲ ਨਹੀਂ ਹੋਈ ਹੈਗੀ ਕਹਿੰਦੇ ਨਹੀਂ ਅਸੀਂ ਤੈਨੂੰ ਨਹੀਂ ਮਿਲੇ ਪਰ ਤੇਰੀ ਕੰਪਨੀ 'ਚ ਕਿਸੇ ਨੂੰ ਮਿਲੇ ਹਾਂ ਅਤੇ ਉਹਨਾਂ ਨੂੰ ਲੱਗਿਆ ਕਿ ਉਸ ਪਰਸਨ ਬਿਕੋਜ਼ ਦੇ ਵਰ ਡੂਇੰਗ ਅ ਸਿਮਿਲਰ ਸ਼ੋਅ ਔਨ ਅ ਡਿਫਰੈਂਟ ਚੈਨਲ ਕਿ ਸ਼ਾਇਦ ਉਹਨਾਂ ਦਾ ਕਨੈਕਸ਼ਨ ਮੇਰੇ ਨਾਲ ਹੋਊਗਾ ਬਾਅਦ 'ਚ ਜਦੋਂ ਅਸੀਂ ਆਪਣੇ ਵੱਲੋਂ ਰਿਸਰਚ ਕੀਤੀ ਇਹ ਪਤਾ ਲੱਗਿਆ ਕਿ ਉਹ ਲੇਡੀ ਇਸ ਕੰਟਰੀ 'ਚ ਆਈ ਸੀਗੀ ਥੋੜ੍ਹੇ ਟਾਈਮ ਦੇ ਲਈ ਸਟੂਡੈਂਟ ਵੀਜ਼ਾ ਦੇ ਉੱਤੇ ਸੋ ਸ਼ੀ ਵਾਜ਼ ਇਨ ਇੱਦਾਂ ਨਹੀਂ ਸੀਗਾ ਕਿ ਉੱਥੇ ਕੰਮ ਕਰ ਸਕਦੇ ਸੀ ਆਪਣਾ ਬਿਜ਼ਨਸ ਜਾਂ ਜੋਬ ਕਰ ਸਕਦੇ ਸੀਗੇ ਆਮ ਸਟੂਡੈਂਟ ਵੀਜ਼ਾ ਦੇ ਉੱਤੇ ਆਏ ਸੀਗੇ ਅਤੇ ਉਹਨਾਂ ਨੇ ਕਾਫੀ ਲੋਕਾਂ ਨੂੰ ਇੱਦਾਂ ਠੱਗਿਆ ਐਂਡ ਦੈਨ ਸ਼ੀ ਵੈਂਟ ਬੈਕ ਸਰ ਇਹ ਤੁਹਾਡੀ ਗਲਤੀ ਹੈ ਜੇ ਤੁਸੀਂ ਆਪਣੀ ਰਿਸਰਚ ਪ੍ਰੋਪਰਲੀ ਨਹੀਂ ਕਰਦੇ ਹੈਗੇ ਸੋ ਉਹ ਤੋਂ ਬਾਅਦ ਅਸੀਂ ਸ਼ੋਅ ਦਾ ਵੀ ਨਾਮ ਚੇਂਜ ਕਰਤਾ ਬਿਕੋਜ਼ ਵੀ ਡਿਡਨਟ ਵਾਂਟ ਟੂ ਐਨੀਬਾਡੀ ਟੂ ਥਿੰਕ ਕਿ ਉਹ ਸਾਡਾ ਉਦਾਂ ਦੇ ਲੋਕਾਂ ਦੇ ਨਾਲ ਜਾਂ ਉਸ ਟਾਈਪ ਆਫ ਐਨਰਜੀ ਦੇ ਨਾਲ ਸਾਡਾ ਕੋਈ ਐਸੋਸੀਏਸ਼ਨ ਹੈਗਾ ਆ ਇਟਸ ਨੋਟ ਜਦੋਂ ਤੁਸੀਂ ਮੇਰੇ ਨਾਲ ਗੱਲ ਕਰਦੇ ਹੈਗੇ ਆ ਜਾਂ ਤੁਸੀਂ ਪ੍ਰੀ ਬੁਕਿੰਗ ਨੰਬਰ 'ਤੇ ਫੋਨ ਕਰਾਂਗੇ ਜੇ ਤੁਸੀਂ ਕਹੋਗੇ ਕਿ ਅਸੀਂ ਰੀਡਿੰਗ ਕਰਵਾਉਣੀ ਆ ਰੀਡਿੰਗ ਲੈਣੀ ਆ ਸਿਰਫ ਡਾਕਟਰ ਆਰਤੀ ਤੁਹਾਡੀ ਰੀਡਿੰਗ ਕਰ ਸਕਦੀ ਹੈ ਐਂਡ ਦੈਟਸ ਮੀ ਮਾਈਸੈਲਫ ਦੈਟਸ ਵਾਈ ਆਈ ਗੈਟ ਸੋ ਬਿਜ਼ੀ ਹਾਂ ਦੂਸਰੀਆਂ ਚੀਜ਼ਾਂ ਦੇ ਲਈ ਸਾਡੇ ਕੋਲ ਕਾਫੀ ਅੱਛੀ ਟੀਮ ਹੈਗੀ ਅੱਠਾ ਚੂਰ ਵਿਦ ਗੋਡਸ ਬਲੈਸਿੰਗਸ ਪਰ ਜਿਹੜੀਆਂ ਸਾਈਕਿਕ ਰੀਡਿੰਗਸ ਹੈਗੀਆਂ ਜਾਂ ਪੈਰਾਨੋਮਲ ਇਨਵੈਸਟੀਗੇਸ਼ਨਸ ਹੈਗੀਆਂ ਜਾਂ ਵਿਦ ਦਾ ਆਈ ਵੁੱਡ ਹੈਲਪ ਯੂ ਮਾਈਸੈਲਫ ਆਈ ਵੁੱਡ ਚੈੱਕ ਯੂਰ ਐਨਰਜੀ ਮਾਈਸੈਲਫ ਸੋ ਕੋਈ ਵੀ ਸਪਿਰਿਚੁਅਲ ਐਨਰਜੀ ਦਾ ਕੰਮ ਹੈਗਾ ਆ ਹਲਿਸਟਿਕ ਹੀਲਿੰਗ ਦਾ ਕੰਮ ਹੈਗਾ ਆ ਆਈਲ ਹੈਲਪ ਯੂ ਵਿਦ ਦੈਟ ਪਰ ਤਾਂ ਮੈਂ ਤੁਹਾਨੂੰ ਕਹਿੰਦੀ ਹੈਗੀ ਤੁਹਾਨੂੰ ਸਾਰਿਆਂ ਨੂੰ ਕਿ ਜਦ ਵੀ ਤੁਸੀਂ ਕੋਈ ਸਟੈਪ ਲੈਂਦੇ ਹੈਗੇ ਆ ਸੋਚ ਸਮਝ ਕੇ ਲਓ Don't be fooled into a trap. Do your research beforehand. ਅੱਜਕੱਲ੍ਹ ਇੰਟਰਨੈਟ 'ਤੇ ਤਾਂ ਹਰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਹੈਗਾ ਆ ਜੇ ਤੁਸੀਂ ਕੋਈ ਵੈਬਸਾਈਟ ਆਪਣੇ ਲਈ ਖੋਲ੍ਹਣਾ ਚਾਹੁੰਦੇ ਹੈਗੇ ਆ ਇਹ ਵੋਂਟ ਟੇਕ ਯੂ 3 minutes ਤੁਸੀਂ 3 ਮਿੰਟ ਦੇ ਵਿੱਚ ਖੋਲ੍ਹ ਸਕਦੇ ਹੈਗੇ ਆ ਰਾਈਟ ਐਨੀਥਿੰਗ ਅਬਾਊਟ ਯੂਰ ਸੈਲਫ ਵਟ ਐਵਰ ਯੂ ਵਾਂਟ ਫੇਸਬੁੱਕ ਦੀ ਪੇਜ ਆਪਣੇ ਲਈ ਖੋਲ੍ਹਣੀ ਆ ਖੋਲ੍ਹ ਯੂਰ ਸੈਲਫ ਐਨੀਥਿੰਗ ਯੂ ਨੋ ਦ ਨਿਊ ਵਰਲਡ ਲੀਡਰ ਵਟ ਐਵਰ ਇਜ਼ ਦੈਟ ਯੂ ਵਾਂਟ ਟੂ ਖੋਲ੍ਹ ਯੂਰ ਸੈਲਫ ਉੱਥੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਸੱਚ ਕੀ ਆ ਝੂਠ ਕੀ ਆ ਬਟ ਦ ਰਿਐਲਿਟੀ ਇਜ਼ ਕਿ ਤੁਹਾਨੂੰ ਖੁਦ ਆਪਣੇ ਵੱਲੋਂ ਰਿਸਰਚ ਕਰਨੀ ਚਾਹੀਦੀ ਆ ਖੁਦ ਇਸ ਚੀਜ਼ ਬਾਰੇ ਪਤਾ ਕਰਨਾ ਚਾਹੀਦਾ ਹੈਗਾ ਫਾਈਂਡ ਆਊਟ ਹੂ ਇਜ਼ ਜੈਨੂਇਨ ਐਂਡ ਹੂ ਇਜ਼ ਨੋਟ ਐਂਡ ਦੈਨ ਟੇਕ ਦ ਰਾਈਟ ਸਟੈਪ ਆਪਣੀ ਲਾਈਫ ਨੂੰ ਖੁਦ ਨੈਗੇਟਿਵ ਨਾ ਬਣਾਓ ਜੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੀ ਵੱਡੀ ਪ੍ਰੋਬਲਮ ਹੈਗੀ ਆ ਭਾਰੀ ਪ੍ਰੋਬਲਮ ਹੈਗੀ ਆ ਜਾਂ ਕੋਈ ਬਹੁਤ ਹੀ ਸਟਰੋਂਗ ਨੈਗੇਟਿਵ ਐਨਰਜੀ ਹੈਗੀ ਆ
sort it out, fix it. Je pata nahi lagda hai ga ki apan inu kida fix karna hai ya kida sort it karna hai ga, then ask me. Ek wari mere to puch lo, mere na gal kar lo, so that I can do your detailed reading for you. Ek wari mere thari detailed reading thare le karti, fir main sanu das sakde hai ki tusi kis tarike na kis tarah agge ja sakde hai ya apni life nu kida positive bana sakde hai. ਜਦ ਤੱਕ ਤੁਸੀਂ ਆਪਣੇ ਵੱਲੋਂ ਸੱਚੀ ਇਮਾਨਦਾਰ ਕੋਸ਼ਿਸ਼ ਨਹੀਂ ਕਰਦੇ ਹੈਗੇ, ਸਹੀ ਮਿਹਨਤ ਨਹੀਂ ਕਰਦੇ ਹੈਗੇ, ਉਦੋਂ ਤੱਕ ਕੁਛ ਨਹੀਂ ਹੋਣਾ ਹੈਗਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੋਈ ਕੰਮ ਬਣੇ, ਕੋਈ ਕੰਮ ਹੋਵੇ, ਤੁਸੀਂ ਸਹੀ ਐਨਰਜੀ ਦਾ, ਸਹੀ ਸ਼ਕਤੀ ਦਾ ਸਹਾਰਾ ਲਓ। ਐਂਡ ਉਹ ਸਹੀ ਸ਼ਕਤੀ ਸਿਰਫ ਅਤੇ ਸਿਰਫ ਪਰਮਾਤਮਾ ਦੀ ਸ਼ਕਤੀ ਦਾ ਸਹਾਰਾ ਹੀ ਹੋ ਸਕਦੀ ਆ, ਹੋਰ ਕੁਛ ਨਹੀਂ। ਜਦ ਅਸੀਂ ਪਰਮਾਤਮਾ ਦੀ ਸ਼ਕਤੀ ਦਾ ਸਹਾਰਾ ਲੈਂਦੇ ਹੈਗੇ ਹਾਂ, ਉਸ ਵੇਲੇ ਸਾਨੂੰ ਕਦੇ ਵੀ ਕਿਸੇ ਵੀ ਕਿਸਮ ਦੇ ਵਹਿਮਾਂ 'ਚ ਫਸਣ ਦੀ ਲੋੜ ਨਹੀਂ ਹੁੰਦੀ ਹੈਗੀ। ਦੈਟਸ ਅਨਦਰ ਪ੍ਰੋਬਲਮ ਕਿ ਜਿਹੜੇ ਕਈ ਵਾਰੀ ਲੋਕਾਂ ਨੂੰ ਬਹੁਤ ਜ਼ਿਆਦਾ ਉਹ ਵਹਿਮਾਂ 'ਚ ਫਸ ਜਾਂਦੇ ਹੈਗੇ ਆ। ਇਟਸ ਨੋਟ ਗੋਇੰਗ ਟੂ ਹੈਲਪ ਐਨੀਬਾਡੀ। ਵਹਿਮਾਂ ਦੇ ਵਿੱਚ ਨਾ ਫਸੋ। ਜੇ ਕੋਈ ਉਲਝਣ ਹੈਗੀ ਆ, ਕੋਈ ਪ੍ਰੋਬਲਮ ਹੈਗੀ ਆ, ਫਾਈਂਡ ਅ ਕਰੈਕਟ ਸੋਲਿਊਸ਼ਨ, ਡੂ ਯੂਰ ਰੈਮੇਡੀਜ਼ ਦ ਰਾਈਟ ਵੇ। ਤੁਸੀਂ ਨੋਟਿਸ ਕਰਾਂਗੇ ਜਦੋਂ ਅਸੀਂ ਰਾਈਟ ਸਪਿਰਿਚੁਅਲ ਰੈਮੇਡੀ ਕਰਦੇ ਹਾਂ, ਉਹਦੇ ਨਾਲ ਸਾਡੀ ਸਹੀ ਮਦਦ ਜ਼ਰੂਰ ਹੁੰਦੀ ਹੈਗੀ ਆ। ਇਸ ਅਰਨੀ ਵੈਨ ਯੂ ਡੋਨਟ ਡੂ ਦ ਰਾਈਟ ਸਪਿਰਿਚੁਅਲ ਰੈਮੇਡੀਜ਼ ਦ ਰਾਈਟ ਵੇ, ਕਿ ਜਦੋਂ ਤੁਸੀਂ ਨੋਟਿਸ ਕਰਦੇ ਹੈਗੇ ਕਿ ਉਹ ਪ੍ਰੋਬਲਮਾਂ ਦੂਰ ਨਹੀਂ ਹੋ ਰਹੀਆਂ ਹੈਗੀਆਂ, ਫਾਈਂਡ ਅ ਵੇ ਐਂਡ ਫਿਕਸ ਇਟ। ਤਾਂ ਹੀ ਕਿੰਨੀ ਵਾਰੀ ਜਦੋਂ ਮੈਂ ਲਾਈਵ ਸ਼ੋਅ 'ਚ ਵੀ ਤੁਹਾਡੇ ਰੀਡਿੰਗ ਕਰਦੀ ਹੈਗੀ ਹਾਂ, ਜੇ ਤਾਂ ਪਤਾ ਲੱਗਦਾ ਆ, ਦਿਖਦਾ ਆ ਕਿ ਹਾਂ ਕੋਈ ਸਟਰੋਂਗ ਨੈਗੇਟਿਵ ਐਨਰਜੀ ਹੈਗੀ ਆ, ਤਾਂ ਜਿਵੇਂ ਤੁਹਾਨੂੰ ਰੈਕਮੈਂਡ ਕਰਦੀ ਕਿ ਤੁਸੀਂ ਉਹ ਫਿਰ ਗੱਲ ਕਰ ਲਓ, ਤੁਸੀਂ ਉਸੇ ਵੇਲੇ ਉਹ ਫਿਰ ਗੱਲ ਕਰ ਲਓ, ਡਿਲੇ ਨਾ ਕਰੋ। ਕਿੰਨੀ ਵਾਰੀ ਲੋਕ ਡਿਲੇ ਕਰ ਦਿੰਦੇ, ਫਿਰ ਪ੍ਰੋਬਲਮ ਹੋਰ ਵੱਡੀ ਹੋ ਜਾਂਦੀ ਆ, ਮੁਸੀਬਤ ਹੋਰ ਸਟਰੋਂਗ ਹੋ ਜਾਂਦੀ ਹੈਗੀ ਆ। ਡੋਂਟ ਲੈਟ ਇਟ ਬਿਕਮ ਸੋ ਸਟਰੋਂਗ, ਡੋਂਟ ਲੈਟ ਇਟ ਬਿਕਮ ਸੋ ਬੈਡ, ਯੂ ਨੋ। ਜਲਦੀ ਤੋਂ ਜਲਦੀ ਉਹਨੂੰ ਸੋਰਟ ਆਊਟ ਕਰ ਲਓ, ਫਿਕਸ ਕਰ ਲਓ, ਤਾਂ ਕਿ ਤੁਹਾਡੀ ਐਨਰਜੀ ਸਟਰੋਂਗ ਹੋ ਸਕੇ, ਪੋਜ਼ਿਟਿਵ ਬਣ ਸਕੇ। ਜਦ ਤੱਕ ਤੁਸੀਂ ਆਪਣੇ ਵੱਲੋਂ ਸੱਚੀ ਇਮਾਨਦਾਰ ਕੋਸ਼ਿਸ਼ ਨਹੀਂ ਕਰਦੇ ਹੈਗੇ, ਸਹੀ ਮਿਹਨਤ ਨਹੀਂ ਕਰਦੇ ਹੈਗੇ, ਉਦੋਂ ਤੱਕ ਕੁਛ ਵੀ ਨਹੀਂ ਹੋ ਸਕਦਾ ਹੈਗਾ। ਜੇ ਤੁਸੀਂ ਆਪਣੀ ਐਨਰਜੀ ਨੂੰ ਆਪਣੀ ਲਾਈਫ ਨੂੰ ਟਰਨ ਅਰਾਊਂਡ ਕਰਨਾ ਚਾਹੁੰਦੇ ਆ, ਚੇਂਜ ਕਰਨਾ ਚਾਹੁੰਦੇ ਹੈਗੇ ਆ, ਦੈਨ ਗੈਟ ਇਨ ਟੱਚ ਵਿਦ ਮੀ ਸਟ੍ਰੇਟ ਅਵੇ। ਸਟੈਪ 1 ਵੁੱਡ ਬੀ ਟੂ ਮੇਕ ਸ਼ੋਰ ਕਿ ਪਹਿਲਾਂ ਮੈਂ ਤੁਹਾਡੀ ਰੀਡਿੰਗ ਕਰਾਂ। ਡਿਪੈਂਡਿੰਗ ਔਨ ਕਿ ਤੁਹਾਡੀ ਐਨਰਜੀ ਕਿੰਨੀ ਜ਼ਿਆਦਾ ਵੀਕ ਆ, ਕਿੰਨੀ ਜ਼ਿਆਦਾ ਵੱਡੀ ਪ੍ਰੋਬਲਮ ਆ ਤੁਹਾਡੀ, ਉਸ ਟਾਈਪ ਆਫ ਰੀਡਿੰਗ ਤੁਹਾਡੇ ਲਈ ਜ਼ਰੂਰੀ ਹੋਊਗੀ। ਸਭ ਤੋਂ ਸਟਰੋਂਗ ਰੀਡਿੰਗ ਜਿਹੜੀ ਅਸੀਂ ਇਸ ਵੇਲੇ ਕਰਦੇ ਹਾਂ, ਜਿਹੜੇ ਡਾਰਕ ਐਨਰਜੀ ਦੇ ਨਾਲ ਰਿਲੇਟਿਡ ਹੁੰਦੀਆਂ ਚੀਜ਼ਾਂ, ਇਸ ਦ ਸਾਈਕਿਕ ਰੀਡਿੰਗ। ਉਹ ਤੋਂ ਬਾਅਦ ਜੇ ਤੁਸੀਂ ਆ ਕੇ ਮਿਲ ਨਹੀਂ ਸਕਦੇ ਹੈਗੇ, ਫੋਨ 'ਤੇ ਹੀ ਗੱਲ ਕਰ ਸਕਦੇ ਹਾਂ, ਦੈਨ ਰੂਨਸ ਰੀਡਿੰਗ। ਨਹੀਂ ਤਾਂ ਤੁਸੀਂ ਜਦੋਂ ਆ ਕੇ ਮਿਲਦੇ ਹੈਗੇ ਆ, ਦੈਨ ਸਾਈਕਿਕ ਰੀਡਿੰਗ ਇਜ਼ ਐਬਸੋਲਿਊਟ ਬੈਸਟ। ਉਹ ਇਸ ਵੇਲੇ ਸਾਡੀ ਸਭ ਤੋਂ ਪਾਪੂਲਰ ਰੀਡਿੰਗ ਵੀ ਹੈਗੀ ਆ। ਮੈਜੋਰਿਟੀ ਲੋਕ 2 ਘੰਟੇ ਦਾ ਟਾਈਮ ਰਿਕੁਐਸਟ ਕਰਦੇ ਆ ਘੰਟੇ ਨਾਲੋਂ, ਬਿਕੋਜ਼ ਉਹਨਾਂ ਨੂੰ ਇੱਦਾਂ ਲੱਗਦਾ ਕਿ ਉਹਨਾਂ ਨੂੰ ਜ਼ਿਆਦਾ ਟਾਈਮ ਦੀ ਜ਼ਰੂਰਤ ਹੋਊਗੀ, ਕਿਉਂਕਿ ਉਹਨਾਂ ਨੇ ਬਹੁਤ ਕੁਝ ਡਿਸਕਸ ਕਰਨਾ ਹੁੰਦਾ ਆ। ਸੋ ਆਈ ਦਾ ਵੇ ਆਈ ਆਲਵੇਜ਼ ਡੂ ਮਾਈ ਬੈਸਟ ਟੂ ਹੈਲਪ ਯੂ। ਜੋ ਵੀ ਮੇਰੇ ਕੋਲੋਂ ਬਣ ਸਕੇ, ਜੋ ਵੀ ਮੇਰੇ ਕੋਲੋਂ ਹੋ ਸਕੇ, ਮੈਂ ਉੱਦਾਂ ਤੁਹਾਡੀ ਮਦਦ, ਤੁਹਾਡੀ ਹੈਲਪ ਜ਼ਰੂਰ ਕਰੂੰਗੀ। ਪਰ ਰਿਮੈਂਬਰ ਵਨ ਥਿੰਗ, ਆਈ ਕੈਨ ਓਨਲੀ ਹੈਲਪ ਯੂ ਇਫ ਯੂ ਕਮਿਊਨੀਕੇਟ ਵਿਦ ਮੀ। ਜਦ ਤੱਕ ਤੁਸੀਂ ਮੈਨੂੰ ਦੱਸਦੇ ਨਹੀਂ, ਮੈਨੂੰ ਕਹਿੰਦੇ ਨਹੀਂ ਹੈਗੇ ਕਿ ਆਰਤੀ ਜੀ ਆਹ ਉਲਝਣ ਆ, ਇੱਥੇ ਆਹ ਪ੍ਰੋਬਲਮ ਆ, ਉਦੋਂ ਤੱਕ ਕੁਛ ਨਹੀਂ ਹੋ ਸਕਦਾ ਹੈਗਾ। ਇਸ ਯੋਰ ਲਾਈਫ, ਯੋਰ ਐਨਰਜੀ ਨੇ ਸਭ ਠੀਕ ਟੂ ਮੇਕ ਇਟ ਸਟਰੋਂਗ। ਰਿਮੈਂਬਰ ਕਿ ਅੱਜ ਦਾ ਸ਼ੋਅ ਤੁਹਾਡੇ ਸਾਹਮਣੇ ਪੂਰੇ 2 ਵਜੇ ਤੱਕ ਰਹੂਗਾ। ਜੇ ਤੁਸੀਂ ਹਜੇ ਵੀ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ, ਹੁਣੀ ਮੈਨੂੰ ਕੰਟੈਕਟ ਕਰ ਲਓ, ਮੇਰੇ ਨਾਲ ਗੱਲ ਕਰ ਲਓ, ਐਂਡ ਆਲ ਡੂ ਮਾਈ ਐਬਸੋਲਿਊਟਲੀ ਬੈਸਟ ਟੂ ਹੈਲਪ ਯੂ ਇਨ ਐਵਰੀਵੇਅਰ ਆਈ ਕੈਨ। ਬਾਕੀ ਯਾਦ ਰੱਖਣਾ ਕਿ ਜੇ ਤੁਸੀਂ ਮਿਸਟੇਕ ਦੇ ਨਾਲ ਪਾਸਟ ਦੇ ਵਿੱਚ ਕੋਈ ਡਾਰਕ ਐਨਰਜੀ ਜਾਂ ਨੈਗੇਟਿਵ ਐਨਰਜੀ ਦਾ ਸਹਾਰਾ ਲੈ ਚੁੱਕੇ ਹੈਗੇ ਆ, ਜੇ ਤੁਸੀਂ ਕੋਈ ਇਹੋ ਜਿਹਾ ਕੰਮ ਕਰ ਚੁੱਕੇ ਹੈਗੇ ਆ ਕਿ ਜਿਹਦੇ ਵਿੱਚ ਨਾਲ ਤੁਹਾਨੂੰ ਇਹ ਲੱਗਦਾ ਹੈ ਕਿ ਹਾਂ ਕੋਈ ਗਲਤ ਐਨਰਜੀ ਤੁਹਾਡੇ ਘਰ ਪਰਿਵਾਰ 'ਚ ਆ ਗਈ ਹੈਗੀ ਆ, ਜਾਂ ਕੋਈ ਸਾਡੀ ਸਿਚੁਏਸ਼ਨ ਹੋਰ ਵੀ ਖਰਾਬ, ਹੋਰ ਵੀ ਵਰਸ ਹੋ ਗਈ ਹੈਗੀ ਆ, ਦੈਨ ਡੋਂਟ ਵਰੀ। ਜੇ ਗਲਤੀ ਕੀਤੀ ਹੈਗੀ ਆ, ਤਾਂ ਤੁਹਾਨੂੰ ਉਸ ਗਲਤੀ ਨੂੰ ਸੁਧਾਰਨ ਦਾ ਮੌਕਾ ਵੀ ਮਿਲ ਸਕਦਾ ਹੈਗਾ ਆ। ਸੋ ਗੈਟ ਇਨ ਟੱਚ ਵਿਦ ਮੀ, ਲੈਟਸ ਫਾਈਂਡ ਆਊਟ ਵੇ ਯੂ ਵੈਂਟ ਰੋਂਗ ਔਰ ਵਾਟ ਹੈਪਨਡ, ਐਂਡ ਦੈਨ ਲੈਟਸ ਟ੍ਰਾਈ ਟੂ ਸੋਰਟ ਇਟ ਆਊਟ। ਜੇ ਕੋਈ ਤੁਹਾਡੇ ਕੋਲੋਂ ਗਲਤੀ ਹੋਈ ਵੀ ਹੈਗੀ ਆ ਜਾਣੇ ਅਣਜਾਣੇ ਦੇ ਵਿੱਚ, ਤਾਂ ਤੁਸੀਂ ਹੁਣ ਉਹਨੂੰ ਸੁਧਾਰਨਾ ਚਾਹੁੰਦੇ ਹੈਗੇ ਆ। ਡੋਂਟ ਜਸਟ ਗਿਵ ਅਪ ਔਨ ਯੂਰਸੈਲਫ ਬਿਫੋਰ ਈਵਨ ਟ੍ਰਾਈਂਗ। ਪਹਿਲਾਂ ਦੇਖੋ ਤਾਂ ਸਹੀ, ਇਜ਼ ਇਟ ਰੀਅਲੀ ਟੂ ਲੇਟ ਔਰ ਹੈਵ ਯੂ ਗੋਟ ਅ ਬਿਟ ਆਫ ਟਾਈਮ ਲੈਫਟ। ਇਫ ਯੂ ਗੋਟ ਅ ਬਿਟ ਆਫ ਟਾਈਮ ਲੈਫਟ ਟੂ ਸੋਰਟ ਇਟ ਆਊਟ, ਦੈਨ ਸੋਰਟ ਇਟ ਆਊਟ ਕੁਇਕਲੀ। ਜਿਹੜੀ ਨੈਗੇਟਿਵ ਐਨਰਜੀ ਹੁੰਦੀ ਹੈਗੀ, ਅਸੀਂ ਨੂੰ ਜਿੰਨੀ ਜ਼ਿਆਦਾ ਦੇਰ ਦੇ ਲਈ ਅਸੀਂ ਨੂੰ ਉੱਦਾਂ ਹੀ ਰਹਿਣ ਦਊਂਗੇ, ਉਹਨੇ ਵਧੀ ਜਾਣਾ ਹੈਗਾ ਜਾਂ ਉਹਨੇ ਹੋਰ ਸਟਰੋਂਗ ਹੋਈ ਜਾਣਾ ਆ, ਉਹਨੇ ਆਪਣੇ ਆਪ ਗਾਇਬ ਨਹੀਂ ਹੋਣਾ, ਉਹਨੇ ਆਪਣੇ ਆਪ ਜਾਣਾ ਨਹੀਂ ਹੈਗਾ। ਉਹ ਨੈਗੇਟਿਵ ਐਨਰਜੀ ਹਮੇਸ਼ਾ ਹੋਰ ਜ਼ਿਆਦਾ ਸਟਰੋਂਗ ਹੁੰਦੀ ਰਹੂਗੀ। ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਘਰ ਪਰਿਵਾਰ ਦੇ ਵਿੱਚ ਉਹ ਨੈਗੇਟਿਵ ਐਨਰਜੀ ਜ਼ਿਆਦਾ ਸਟਰੋਂਗ ਨਾ ਹੋਵੇ, ਜ਼ਿਆਦਾ ਸਟਰੋਂਗ ਨਾ ਬਣੇ, ਦੈਨ ਗੈਟ ਦ ਰਾਈਟ ਹੈਲਪ ਸਟ੍ਰੇਟ ਅਵੇ। ਜਲਦੀ ਤੋਂ ਜਲਦੀ ਮੇਰੇ ਨਾਲ ਕਮਿਊਨੀਕੇਟ ਕਰੋ, ਮੇਰੇ ਨਾਲ ਗੱਲ ਕਰੋ, ਸਕਿੰਡ ਡੂ ਮਾਈ ਬੈਸਟ ਟੂ ਹੈਲਪ ਯੂ। ਖਾਸ ਕਰਕੇ ਜੇ ਤੁਹਾਨੂੰ ਲੱਗਦਾ ਕਿ ਕੋਈ ਬਹੁਤ ਡੈਂਸ ਐਨਰਜੀ ਹੈਗੀ ਆ, ਕਿਉਂਕਿ ਉਹ ਚੀਜ਼ਾਂ ਇੱਕਦਮ ਵੱਜ ਜਾਂਦੀਆਂ ਹੈਗੀਆਂ ਆ, ਅਤੇ ਇੱਕ ਵਾਰੀ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਘਰ ਕਰ ਜਾਣ, ਫਿਰ ਉਹਨਾਂ ਦਾ ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈਗਾ ਆ। ਜਿੰਨੀ ਜ਼ਿਆਦਾ ਦੇਰ ਦੇ ਲਈ ਉਹ ਮੁਸੀਬਤ ਉੱਥੇ ਰਹੂਗੀ, ਉਹ ਪ੍ਰੋਬਲਮ ਉੱਥੇ ਰਹੂਗੀ, ਉਹਨੇ ਓਨੀ ਜ਼ਿਆਦਾ ਹਾਵੀ ਹੋਈ ਜਾਣਾ ਹੈਗਾ ਆ, ਓਨੀ ਜ਼ਿਆਦਾ ਸਟਰੋਂਗ ਹੋਈ ਜਾਊਗੀ। ਸੋ ਜੇ ਤੁਸੀਂ ਉਹਨੂੰ, ਇਫ ਯੂ ਲੈਟ ਇਟ ਬੀ ਕੰਫਰਟੇਬਲ, ਇਟਸ ਗੋਇੰਗ ਟੂ ਸਟੇ। ਬਟ ਦ ਥਿੰਗ ਇਜ਼ ਦੈਟ ਯੂ ਨੀਡ ਟੂ ਮੇਕ ਇਟ ਫੀਲ ਵੈਰੀ ਅਨਕੰਫਰਟੇਬਲ ਸੋ ਦੈਟ ਇਟ ਗੋਜ਼, ਬਟ ਇਨ ਅ ਸਰਟਨ ਵੇ ਸੋ ਦੈਟ ਇਟ ਡਸਨਟ ਕੋਜ਼ ਯੂ ਹਾਰਮ।
ਕਿ ਜਿਹਦੇ ਨਾਲ ਉਹ ਤੁਹਾਨੂੰ ਕੋਈ ਦੁੱਖ ਜਾਂ ਤੁਹਾਨੂੰ ਕੋਈ ਹਾਨੀ ਨਾ ਪਹੁੰਚਾਵੇ. ਸੋ ਡੋਂਟ ਮੈਸ ਵਿਦ ਦੀ ਅਨਨੋਨ. ਜਿਹੜੀ ਚੀਜ਼ ਦੇ ਤੁਹਾਨੂੰ ਬਾਰੇ ਤੁਹਾਨੂੰ ਪੂਰੀ ਤਰ੍ਹਾਂ ਪਤਾ ਨਹੀਂ ਹੈਗਾ, ਉਹਦੇ ਨਾਲ ਐਕਸਪੈਰੀਮੈਂਟ ਨਾ ਕਰੋ. ਕਿਸੇ ਐਕਸਪਰਟ ਨੂੰ ਪੁੱਛ ਲਓ, ਕਿਸੇ ਪ੍ਰੋਫੈਸ਼ਨਲ ਨੂੰ ਪੁੱਛ ਲਓ, ਤਾਂ ਕਿ ਤੁਹਾਡੀ ਬੈਸਟ ਹੈਲਪ ਜਾਂ ਬੈਸਟ ਮਦਦ ਹੋ ਸਕੇ. ਸੋਚੋ ਇਹਦੇ ਬਾਰੇ ਥੋੜ੍ਹਾ ਜਿਹਾ. ਅਸੀਂ ਸਿੱਧਾ ਚੱਲਦੇ ਹਾਂ ਆਪਣੇ ਅਗਲੇ ਕਾਲਰ ਦੇ ਕੋਲ. ਹੈਲੋ ਜੀ. ਹੈਲੋ. ਹੈਲੋ. ਹਾਂਜੀ. ਹਾਂ, ਮਾਰਨਿੰਗ ਜੀ. ਹਾਂਜੀ. ਹਾਂ, ਮੈਂ ਕੁਐਸਚਨ ਇੱਕ ਪੁੱਛਣਾ ਸੀਗਾ. ਹਾਂਜੀ, ਜ਼ਰੂਰ. ਕੀ ਪੁੱਛਣਾ ਚਾਹੁੰਦੇ ਸੀ ਤੁਸੀਂ? ਪਰ ਜੇ ਮੇਰੀ ਵਾਈਫ ਹੈ, ਉਹਦੀ ਸਿਸਟਰ ਇੰਡੀਆ ਆ. ਹਾਂ ਹਾਂ. ਤੇ ਉਹਦੇ ਬਾਰੇ ਪੁੱਛਣਾ ਆ. ਤੇ ਉਹ ਗਵਰਨਮੈਂਟ ਜੌਬ ਕਰਦੀ ਆ. ਹਾਂਜੀ. ਤੇ ਉਹਦੀ ਜਿਹੜੀ ਹੈਲਥ ਆ, ਮਤਲਬ ਸਹੀ ਨਹੀਂ ਰਹਿੰਦੀ ਹੈਗੀ. ਡਾਕਟਰਾਂ ਤੋਂ ਵੀ ਚੈੱਕ ਕਰਾਇਆ ਸਾਰਾ ਕੁਛ, ਮਤਲਬ ਡਾਕਟਰ ਕਹਿੰਦੇ ਕੁਛ ਨਹੀਂ ਹੈਗਾ. ਉਹ ਜਗਦਾ ਵੀ ਜਿੱਦਾਂ ਉਹਨੂੰ ਹਨਾ ਕੋਈ ਜਿੱਦਾਂ ਹੋ ਜਾਂਦਾ, ਡੈ ਪੈਂਦੀ ਆ, ਜਗਦਾ ਮੇਰੇ ਤਾਂ ਦੌਰਾ ਜਿੱਦਾਂ ਪੈਂਦਾ ਆ, ਤੇ ਇੱਦਾਂ ਹੋਣਾ ਪੈਂਦਾ ਇੱਦਾਂ. ਹਾਂਜੀ, ਹਾਂ. ਦਿਮਾਗ ਚ ਵੀ ਕੁਛ ਨੀ, ਸਕੈਨਿੰਗਾਂ ਕਰਾਈਆਂ ਜਾਂ ਓਦਾਂ ਵੀ ਬੁਖਾਰ ਜਾਂ ਬਿਮਾਰੀ ਕੋਈ ਨੀ ਹੈਗੀ. ਜਿੱਦਾਂ ਕੁਛ ਕਿਸੇ ਨੇ ਪਤਾ ਨੀ ਬੰਨਿਆ ਜਾਂ ਕਹਿੰਦੇ ਆ, ਜਿੱਦਾਂ ਪਤਾ ਨੀ ਕੋਈ ਪ੍ਰੋਬਲਮ ਹੈ, ਜਗਦਾ ਵੀ ਉਹ ਤਰ੍ਹਾਂ ਕਹਿੰਦਾ ਪੈਂਦੀ ਆ, ਮੇਰਾ ਦਿਲ ਘੱਟ ਗਿਆ, ਮੈਂ ਇੱਦਾਂ ਹੋ ਗਈ ਆ, ਉਹ ਡੈਪ ਪੈਂਦੀ. ਉਹਦੇ ਬਾਰੇ ਚ ਮੈਂ ਬਹੁਤ ਜਿਆਦਾ ਕਮੈਂਟ ਨਹੀਂ ਕਰ ਸਕੂਗੀ, ਪਰ ਮੈਂ ਉਦੋਂ ਦੀ ਐਨਰਜੀ ਚੈੱਕ ਕਰ ਲੈਂਦੀ ਹੈਗੀ ਆ. ਐਨਰਜੀ ਚੈੱਕ ਕਰਕੇ ਮੈਂ ਤੁਹਾਨੂੰ ਦੱਸ ਦਿੰਦੀ ਆ. ਤੁਸੀਂ ਮੈਨੂੰ ਸਟੋਪ ਕਹਿ ਦੇਣਾ, ਮੈਂ ਉਸੇ ਕਾਰ ਤੇ ਰੁਕ ਜਾਊਂਗੀ. ਉਹਦੇ ਬਾਰੇ ਚ ਮਨ ਚ ਰੱਖਣਾ, ਮੈਨੂੰ ਸਟੋਪ ਕਹਿ ਦੇਣਾ. ਸ਼ੁਰੂ ਕਰਨੀ ਆ ਜੀ. ਓਕੇ ਜੀ. ਅੱਛਾ ਜੀ, ਆ ਹੋ ਗਿਆ ਆਪਣਾ ਪਹਿਲਾ ਕਾਰਡ. ਤੇ ਇੱਕ ਵਾਰੀ ਹੋਰ ਕਹਿ ਦੇਣਾ ਪਲੀਜ਼. ਸਟਾਪ. ਅੱਛਾ ਜੀ, ਆ ਹੋ ਗਿਆ ਆਪਣਾ ਦੂਸਰਾ ਕਾਰਡ. ਤੇ ਤੀਸਰੀ ਵਾਰੀ ਫਿਰ ਕਹਿ ਦੇਣਾ ਪਲੀਜ਼. ਸਟਾਪ. ਅੱਛਾ ਜੀ, ਆ ਹੋ ਗਿਆ ਆਪਣੇ ਤਿੰਨ ਕਾਰਡ. ਮੈਂ ਤਾਂ ਕਰਦੀ ਹਾਂ ਕੁਝ ਐਕਸਟਰਾ ਕਾਰਡਸ ਵੀ ਕਰਦੀ ਹਾਂ ਕਿ ਤੁਹਾਨੂੰ ਡੀਟੇਲ 'ਚ ਦੱਸ ਸਕਾਂ. ਦੇਖੋ ਜਿਸ ਹਿਸਾਬ ਦੇ ਨਾਲ ਇਹਦੇ ਕਾਰਡਸ ਆਏ ਹੈਗੇ ਆ ਨਾ, ਮੈਂ ਸਭ ਤੋਂ ਪਹਿਲੀ ਚੀਜ਼ ਤਾਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਜੇ ਹੋ ਸਕੇ ਇਹਨੂੰ ਆਪਣੇ ਵੱਲੋਂ ਇਸ ਵੇਲੇ ਕੋਸ਼ਿਸ਼ ਕਰੇ ਕਿ ਜਦ ਤੱਕ ਮੇਰੀ ਉਹਨਾਂ ਦੇ ਨਾਲ ਔਫਿਰ ਗੱਲ ਨਹੀਂ ਹੁੰਦੀ ਹੈਗੀ, ਇਹ ਆਪਣੇ ਵੱਲੋਂ ਇਹ ਕੋਸ਼ਿਸ਼ ਕਰੇ ਕਿ ਜੇ ਕਿਸੇ ਦਾ ਕੋਈ ਫਿਊਨਲ ਹੋਵੇ, ਇਹਨੇ ਹਜੇ ਉੱਥੇ ਅਫਸੋਸ ਦੇ ਲਈ ਨਹੀਂ ਜਾਣਾ ਹੈਗਾ, ਫਿਊਨਲ 'ਤੇ ਨਹੀਂ ਜਾਣਾ ਹੈਗਾ, ਠੀਕ ਹੈ ਨਾ. ਉਹ ਇਹਦੇ ਲਈ ਬਹੁਤ ਇੰਪੋਰਟੈਂਟ ਹੈਗਾ ਆ. ਜੇ ਕਿਸੇ ਦੇ ਘਰ ਦੇ ਵਿੱਚ ਕੋਈ ਡੈਥ ਹੋਈ ਹੋਵੇ, ਤੇ ਜੇ ਕਈ ਵਾਰੀ ਇੱਦਾਂ ਹੁੰਦਾ ਕਿ ਜਿੱਦਾਂ ਕਿ ਤੁਸੀਂ ਕੁਛ ਟਾਈਮ ਤੋਂ ਬਾਅਦ ਉੱਥੇ ਜਾ ਸਕਦੇ ਹੈਗੇ ਆ, ਪਰ ਇਹਨਾਂ ਦੇ ਲਈ ਮੈਂ ਕਹੂੰਗੀ ਕਿ ਬੈਟਰ ਆ ਕਿ ਜਿੱਦਾਂ ਐਟਲੀਸਟ 6 ਮਹੀਨਿਆਂ ਦੇ ਲਈ ਉੱਥੇ ਨਾ ਜਾਣ, ਠੀਕ ਹੈ ਨਾ, ਕਿਉਂਕਿ ਉਹਦੇ ਨਾਲ ਉਹਨਾਂ ਦੀ ਸਿਚੁਏਸ਼ਨ ਸ਼ਾਇਦ ਵਰਸ ਹੋ ਸਕਦੀ ਹੈਗੀ ਆ. ਬਾਕੀ ਇਹ ਆਪਣੇ ਵਾਲ ਕਟਵਾਉਂਦੇ ਆ, ਤੁਹਾਨੂੰ ਪਤਾ? ਹਾਂਜੀ. ਵਾਲ, ਅੱਛਾ. ਤੇ ਇਹਨਾਂ ਨੂੰ ਤੁਸੀਂ ਇਹ ਕਹਿ ਦੇਣਾ ਹੈਗਾ ਕਿ ਇਹਨਾਂ ਨੇ ਕਦੇ ਵੀ ਟਿਊਜ਼ਡੇ ਨੂੰ ਜਾਂ ਸੈਟਰਡੇ ਨੂੰ ਵਾਲ ਨਹੀਂ ਕਟਵਾਉਣੇ ਹੈਗੇ. ਮੰਗਲਵਾਰ ਤੇ ਸ਼ਨੀਵਾਰ ਨੂੰ ਇਹਨਾਂ ਨੇ ਕਦੇ ਵੀ ਆਪਣੇ ਬਾਲ ਨਹੀਂ ਕਟਵਾਉਣੇ ਹੈਗੇ. ਉਹਦੇ ਨਾਲ ਵੀ ਇਹਨਾਂ ਦੀ ਕਾਫੀ ਜ਼ਿਆਦਾ ਇਹਨਾਂ ਦੀ ਹੈਲਪ ਹੋ ਜਾਊਗੀ. ਜਿਹੜਾ ਇੱਕਦਮ ਇਹ ਘਬਰਾ ਜਾਂਦੇ ਹੈਗੇ, ਇੱਕਦਮ ਜਿੱਦਾਂ ਪਾਣੀ ਪਾਣੀ ਹੋ ਜਾਂਦੇ ਆ, ਨਹੀਂ ਤਾਂ ਇੰਨੇ ਸਟਰੋਂਗ ਆ, ਕੌਨਫੀਡੈਂਟ ਆ, ਜਿੱਦਾਂ ਆਪਣੇ ਕੰਮ ਦੇ ਵਿੱਚ ਕਾਫੀ ਸਟਰੋਂਗ ਆ, ਜੋ ਇਹਨਾਂ ਦੀ ਲੱਕ ਹੋਣੀ ਚਾਹੀਦੀ ਆ ਇਸ ਵੇਲੇ ਓਨੀ ਸਟਰੋਂਗ ਹੈਗੀ ਹੀ ਨਹੀਂ. ਦੂਸਰੀ ਚੀਜ਼ ਇਹਨਾਂ ਨੇ ਇਹ ਵੀ ਨੋਟਿਸ ਕੀਤਾ ਹੋਊਗਾ ਕਿ ਖਾਸ ਕਰਕੇ ਜਿਹੜਾ ਪਿਛਲਾ 1.5 ਸਾਲ ਆ, ਇਹਦੇ ਵਿੱਚ ਇਹਨਾਂ ਦਾ ਰੰਗ ਵੀ ਕਾਫੀ ਜ਼ਿਆਦਾ ਕਾਲਾ ਹੋ ਗਿਆ ਹੋਣਾ ਆ, ਖਾਸ ਕਰਕੇ ਮੱਥੇ ਤੋਂ. ਇਹਦੇ ਲਈ ਮੈਂ ਇਹਨਾਂ ਨੂੰ ਜ਼ਰੂਰ ਰੈਕਮੈਂਡ ਕਰੂੰਗੀ ਕਿ ਰਾਤ ਨੂੰ ਜਾਂ ਸੂਰਜ ਢਲੇ ਤੋਂ ਬਾਅਦ ਸ਼ਾਮ ਵੇਲੇ ਕੋਈ ਚਿੱਟੇ ਰੰਗ ਦੀ ਚੀਜ਼ ਨਹੀਂ ਇਹਨਾਂ ਨੇ ਖਾਣੀ ਹੈਗੀ. ਹਾਂ, ਜਿੱਦਾਂ ਖੀਰ ਹੋ ਗਈ, ਦੁੱਧ ਪੀ ਲਿਆ, ਦਹੀਂ ਖਾ ਲਿਆ, ਉਹ ਚੀਜ਼ਾਂ ਨਹੀਂ ਖਾਣੀਆਂ, ਕਿਉਂਕਿ ਜਿਹੜੀ ਚਿੱਟੇ ਰੰਗ ਦੀ ਹੁੰਦੀ ਨਾ, ਉਹ ਨਹੀਂ ਇਹਨਾਂ ਨੇ ਲੈਣੀ ਹੈਗੀ. ਉਹ ਚ ਕੁਛ ਹਾਂਜੀ, ਪੂਰਾ ਵੀਕ ਨਹੀਂ ਲੈਣੀ ਜਿੱਦਾਂ ਕੁਝ, ਨਹੀਂ ਨਹੀਂ ਕਦੇ ਨਹੀਂ, ਜਦ ਤੱਕ ਅਸੀਂ ਆਫਰ ਨਹੀਂ ਗੱਲ ਕਰਦੇ ਉਦੋਂ ਤੱਕ ਰਾਤ ਵੇਲੇ ਤਾਂ ਇਹਨਾਂ ਨੇ ਬਿਲਕੁਲ ਹੀ ਨਹੀਂ ਨਾ ਲੈਣੀ ਚਿੱਟੇ ਰੰਗ ਦੀ ਚੀਜ਼, ਠੀਕ ਹੈ ਨਾ. ਉਹਦੇ ਵਿੱਚ ਕੁਝ ਪਾ ਲੈਣ ਕਿ ਜਿਹਦੇ ਨਾਲ ਉਹਦਾ ਕਲਰ ਚੇਂਜ ਹੋ ਜਾਵੇ,
ਨਾ ਜਿਹਦੇ ਦੁੱਧ 'ਚ ਥੋੜ੍ਹੀ ਜਿਹੀ ਹਲਦੀ ਪਾ ਲਈ, ਖੀਰ ਦੇ ਵਿੱਚ ਥੋੜ੍ਹੇ ਜਿਹੇ ਕੇਸਰ ਪਾ ਲਿਆ, ਕਿਸੇ ਨਾਲ ਉਹਦਾ ਕਲਰ ਥੋੜ੍ਹਾ ਬਹੁਤ ਬਦਲ ਜਾਵੇ, ਪਰ ਨਹੀਂ ਤਾਂ ਵਾਈਟ ਕਲਰ ਦੀ ਇਹਨਾਂ ਨੇ ਕੋਈ ਚੀਜ਼ ਨਹੀਂ ਪਾਉਣੀ ਹੈਗੀ, ਉਹਨਾਂ ਲਈ ਜ਼ਰੂਰੀ ਆ। ਬਾਕੀ ਜੇ ਇਹਨਾਂ ਨੇ ਕਿਸੇ ਕਿਸਮ ਦਾ ਕੋਈ ਨਗ ਜਾਂ ਮੁੰਦਰੀ ਪਾਈ ਹੋਈ ਆ, ਕਿਸੇ ਕਿਸਮ ਦਾ ਕੋਈ ਸਟੋਨ ਪਾਇਆ ਹੋਇਆ, ਚਾਹੇ ਅਸਲੀ ਜਾਂ ਨਕਲੀ ਜੋ ਵੀ ਆ, ਉਹ ਇਸ ਵੇਲੇ ਫਿਲਹਾਲ ਇਹ ਲਾ ਦੇਣ, ਉਹ ਇਹਨਾਂ ਦੇ ਲਈ ਪਾਉਣਾ ਠੀਕ ਨਹੀਂ ਰਹੂਗਾ। ਠੀਕ ਹੈ ਨਾ, ਉਹਨਾਂ ਦੇ ਲਈ ਇੰਨਾ ਪੋਜ਼ਿਟਿਵ ਨਹੀਂ ਰਹਿਣਾ ਹੈਗਾ। ਬਾਕੀ ਮੈਂ ਇਹਨਾਂ ਨੂੰ ਇਹ ਜ਼ਰੂਰ ਰਿਕੁਐਸਟ ਕਰੂੰਗੀ ਕਿ ਜਦ ਵੀ ਮੌਕਾ ਮਿਲਿਆ, ਚਾਹੇ ਤੁਸੀਂ ਮੇਰੀ ਟੀਮ ਦੇ ਨਾਲ ਔਫਿਰ ਗੱਲ ਕਰ ਲਓ, ਤੇ ਨਾ ਤੁਸੀਂ ਮੈਨੂੰ ਚਾਹੇ ਇਹਨਾਂ ਦਾ ਨੰਬਰ ਦੇ ਦਿਓ, ਇੰਡੀਆ ਦਾ ਨੰਬਰ, ਜਿਹੜਾ ਇਹਨਾਂ ਦਾ ਟਾਈਮ ਹੋਊਗਾ ਨਾ ਕਿ ਜੋ ਜਿਸ ਟਾਈਮ ਤੇ ਮੈਂ ਇਹਨਾਂ ਨਾਲ ਗੱਲ ਕਰੂੰਗੀ, ਔਰ ਫਿਰ ਮੈਂ ਇਹਨਾਂ ਨੂੰ ਡਾਇਰੈਕਟ ਇੰਡੀਆ ਦੇ ਵਿੱਚ ਹੀ ਫੋਨ ਕਰ ਲੂੰਗੀ। ਐਡੀ ਸਾਡੀ ਡਾਇਰੈਕਟ ਗੱਲ ਹੋ ਜੂਗੀ, ਫਿਰ ਉਹਨਾਂ ਨੂੰ ਵੀ ਤਸੱਲੀ ਹੋ ਜੂਗੀ ਕਿ ਹਾਂ ਮੈਂ ਡਾਕਟਰ ਤੇ ਨਾਲ ਗੱਲ ਕਰ ਲਈ ਹੈ, ਮੈਨੂੰ ਪਤਾ ਲੱਗ ਗਿਆ ਕਿ ਕੀ ਆ ਤੇ ਮੈਨੂੰ ਕੀ ਕਰਨਾ ਚਾਹੀਦਾ। ਕਿਉਂਕਿ ਕਈ ਵਾਰ ਨਹੀਂ ਤਾਂ ਜੇ ਉਹ ਪ੍ਰੀਫਰ ਕਰਦੇ ਕਿ ਤੁਸੀਂ ਉਹਨਾਂ ਦੇ ਬਿਹਾਫ ਤੇ ਗੱਲ ਕਰ ਲਓ, ਫਿਰ ਚਾਹੇ ਤੁਸੀਂ ਉਹਨਾਂ ਦੇ ਬਿਹਾਫ ਤੇ ਗੱਲ ਕਰ ਲਓ, ਜੋ ਵੀ ਤੁਹਾਨੂੰ ਈਜ਼ੀ ਲੱਗੇ ਅਸੀਂ ਉੱਦਾਂ ਕਰ ਲਾਂਗੇ। ਪਰ ਇਹਨਾਂ ਦੇ ਮੇਰੇ ਨਾਲ ਇੱਕ ਵਾਰੀ ਤੁਸੀਂ ਔਫਿਰ ਜ਼ਰੂਰ ਗੱਲ ਕਰਵਾ ਦਿਓ, ਜਾਂ ਤੁਸੀਂ ਇਹਨਾਂ ਦੇ ਬਿਹਾਫ ਤੇ ਔਫਿਰ ਮੇਰੇ ਨਾਲ ਰੀਡਿੰਗ ਕਰਵਾ ਲਓ, ਕਿਉਂਕਿ ਮੇਰੇ ਲਈ ਡੀਟੇਲ ਰੀਡਿੰਗ ਕਰਕੇ ਚੈੱਕ ਕਰਨਾ ਜ਼ਰੂਰੀ ਹੈ। ਜਦ ਤੱਕ ਇਹਦੀ ਡੀਟੇਲ ਰੀਡਿੰਗ ਨਹੀਂ ਹੁੰਦੀ ਹੈਗੀ, ਮੈਂ ਤੁਹਾਨੂੰ ਬਿਲਕੁਲ ਰੈਕਮੈਂਡ ਨਹੀਂ ਕਰੂੰਗੀ ਕਿ ਇਹ ਸ਼ਾਮ ਨੂੰ ਤਾਂ ਨਾ ਕੋਈ ਚਿੱਟੇ ਰੰਗ ਦੀ ਚੀਜ਼ ਖਾਣੀ ਆ, ਨਾ ਪੀਣੀ ਆ, ਨਾ ਹੀ ਅਸੀਂ ਇਹਨਾਂ ਦੇ ਵਿਆਹ ਦੇ ਨਾਲ ਰਿਲੇਟਡ ਕੋਈ ਕੰਮ ਇਸ ਵੇਲੇ ਕਰਨਾ ਆ। ਕਿਉਂਕਿ ਜੇ ਇਹਨਾਂ ਦਾ ਹੁਣ ਵਿਆਹ ਹੋ ਗਿਆ, ਰੱਬ ਨਾ ਕਰੇ, ਪਰ ਜੇ ਕੋਈ ਇੱਦਾਂ ਦੀ ਬਾਹਰਲੀ ਕਸਰ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ, ਉਹ ਨਾਲ ਵਿਆਹ ਹੀ ਜਾਣੀ ਆ, ਫਿਰ ਬਹੁਤ ਮੁਸ਼ਕਿਲ ਹੋ ਜਾਣਾ ਹੈਗਾ ਆ ਨਾ। ਜੇ ਉਹ ਚੀਜ਼ ਫਿਰ ਏਦਾਂ ਸਟਰੋਂਗ ਹੋ ਗਈ, ਫਿਰ ਉਹ ਤੁਹਾਨੂੰ ਪਤਾ ਕੁਛ ਨਾ ਕੁਛ ਨੁਕਸਾਨ ਕਰਕੇ ਹੀ ਜਾਂਦੀ ਆ। ਤੇ ਇਹਨਾਂ ਇਹ ਜੇ ਯੰਗ ਆ, ਪੂਰੀ ਉਮਰ ਇਹਨਾਂ ਦੇ ਸਾਹਮਣੇ ਆ, ਮੈਂ ਨਹੀਂ ਚਾਹੁੰਦੀ ਕਿ ਕੋਈ ਇਹਨਾਂ ਕੋਈ ਏਦਾਂ ਦੀ ਕੋਈ ਚੀਜ਼ ਹੋਵੇ ਕਿ ਜਿਹਦੀ ਵਜ੍ਹਾ ਦੇ ਨਾਲ ਇਹਨਾਂ ਦੀ ਲਾਈਫ ਉੱਥੇ ਹੀ ਰੁਕ ਜਾਵੇ, ਉੱਥੇ ਹੀ ਸਟੋਪ ਹੋ ਜਾਵੇ ਹੈ ਨਾ। ਫਿਰ ਤੁਸੀਂ ਡੈਫੀਨੇਟਲੀ ਇਹਨਾਂ ਦੀ ਜੇ ਮੇਰੇ ਨਾਲ ਔਫਿਰ ਗੱਲ ਕਰਵਾ ਦੇਣਾ, ਜਾਂ ਤੁਸੀਂ ਔਫਿਰ ਗੱਲ ਕਰ ਲੈਣਾ, ਜਿੰਨੀ ਵੀ ਮੇਰੇ ਕੋਲ ਹੋ ਸਕੇ ਮੈਂ ਹੈਲਪ ਜ਼ਰੂਰ ਕਰੂੰਗੀ। ਓਕੇ ਜੀ, ਥੈਂਕ ਯੂ ਸੋ ਮਚ, ਥੈਂਕ ਯੂ, ਗੋਡ ਬਲੈਸ ਯੂ। ਤਾਂ ਰੱਬ ਕਰੇ ਕਿ ਕਦੇ ਵੀ ਕਿਸੇ ਦੇ ਵੀ ਘਰ ਪਰਿਵਾਰ ਦੇ ਵਿੱਚ, ਕਦੇ ਵੀ ਕਿਸੇ ਦੀ ਲਾਈਫ ਦੇ ਵਿੱਚ ਕੋਈ ਨੈਗੇਟਿਵ ਐਨਰਜੀ ਨਾ ਹੋਵੇ, ਨਾ ਆਵੇ। ਜੇ ਕੋਈ ਵੀ ਮੁਸੀਬਤ ਹੈਗੀ ਜਾਂ ਕੋਈ ਮੁਸ਼ਕਿਲ ਹੈਗੀ ਆ, ਤੁਹਾਨੂੰ ਇੱਦਾਂ ਲੱਗਦਾ ਆ ਕਿ ਰੱਬ ਨਾ ਕਰੇ, ਪਰ ਜਦੋਂ ਕੋਈ ਇੱਦਾਂ ਦੀ ਕੋਈ ਨੈਗੇਟਿਵ ਐਨਰਜੀ ਦਾ ਕੋਈ ਅਸਰ ਹੈਗਾ ਆ, ਦੈਨ ਡੈਫੀਨੇਟਲੀ ਹੈਵ ਇਟ ਚੈੱਕਡ ਆਊਟ ਵਾਂਸ। ਕਿਉਂਕਿ ਮੈਨੂੰ ਪਤਾ ਕਾਫੀ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਹੈਗੀਆਂ, ਵੇ ਸਾਇੰਸ ਐਂਡ ਸਪਿਰਿਚੁਐਲਿਟੀ ਕਾਈਂਡ ਆਫ ਕਲੈਸ਼, ਯੂ ਨੋ, ਪਰ ਆਈ ਫੀਲ ਕਿ ਕਈ ਵਾਰੀ ਸਾਇੰਸ ਨੀਡਸ ਟੂ ਡੂ ਅ ਲੋਟ ਮੋਰ ਰਿਸਰਚ, ਇਟ ਨੀਡਸ ਅ ਲੋਟ ਮੋਰ ਕੈਚਿੰਗ ਅਪ ਟੂ ਡੂ ਐਸ ਵੈਲ। ਸੋ ਸਪਿਰਿਚੁਐਲਿਟੀ ਬਹੁਤ ਸਟਰੋਂਗ ਆ, ਬਹੁਤ ਪਾਵਰਫੁਲ ਆ, ਬਟ ਸਾਇੰਸ ਡੈਫੀਨੇਟਲੀ ਹੈਜ਼ ਗੋਟ ਅ ਲੋਟ ਆਫ ਕੈਚਿੰਗ ਅਪ ਟੂ ਡੂ। ਸੋ ਕਈ ਵਾਰੀ ਇੱਦਾਂ ਦੇ ਕੇਸ ਸਾਹਮਣੇ ਆਉਂਦੇ ਹੈਗੇ ਕਿ ਜਿੱਥੇ ਕੋਈ ਵੀ ਕੁਛ ਹੋਰ ਰੋਂਗ ਨਹੀਂ ਹੁੰਦਾ ਹੈਗਾ, ਉਹ ਸਾਰੇ ਆਪਣੀ ਸਕੈਨ ਕਰਦੇ, ਸਾਰਾ ਕੁਛ ਚੈੱਕ ਕਰਦੇ ਨੇ, ਐਵਰੀਥਿੰਗ ਇਜ਼ ਐਬਸੋਲਿਊਟਲੀ ਪਰਫੈਕਟ ਐਂਡ ਫਾਈਨ, ਪਰ ਫਿਰ ਵੀ ਇੱਦਾਂ ਦੀਆਂ ਮੁਸੀਬਤਾਂ ਪ੍ਰੋਬਲਮਾਂ ਆਉਂਦੀਆਂ ਹੈਗੀਆਂ ਆ। And people just don't know why it's happening. And this phenomenal cases throughout the, you know, I would say world, worldwide, then the cases on the hege. Sirf main tuhanu kahungi ki India ch nahi hunda hega, Mexico de vich, UK de vich, kafi jyada countries, you know, certain parts of Africa, kafi jyada countries de vich idan di uljana aandi hegi. Brazil, it happens there as well. The recently reports utho kafi jyada strong aiyan hegiyan aiyan. So main inni cheezan nu saryan nu zarur kahungi ki, you know, it's really, really important to make sure ke assi parmatma di shakti da sahara hamesha lende rahiye. Jithe parmatma da naam laya hunda hai ga ya rab di shakti da sahara hunda hai ga, utthe negative energy da ya negative cheezan de ghat chances ho jande hai ke ya. Par jithe assi galat energy nu apne aas paas rakhi, apne ang sang rakhi, fir ohde naal oh jehdi negative energy hai ga ya, it attracts negative energy. Negative energy hor negative energy nu apne kol bulandi rehndi hai ga ya. ਉਹਦੇ ਨਾਲ ਕੀ ਹੋਊਗਾ ਕਿ ਤੁਸੀਂ ਇੰਨੇ ਸਟੱਕ ਹੋ ਜਾਓਗੇ, ਤੁਹਾਨੂੰ ਪਤਾ ਨਹੀਂ ਲੱਗੂਗਾ ਕਿ ਤੁਸੀਂ ਰਾਹ ਲੱਭਾਂਗੇ ਕਿ ਸਾਨੂੰ ਕਿਤੋਂ ਰਾਹ ਲੱਭੇ, ਅਸੀਂ ਕਿਤੇ ਨੱਠੀਏ, ਕਿਤੇ ਜਾਈਏ, ਕਿਤੇ ਬਚੀਏ, ਪਰ ਤੁਹਾਨੂੰ ਤੁਸੀਂ ਬਚ ਨਹੀਂ ਸਕਾਂਗੇ, ਬਿਕੋਜ਼ ਐ ਨੈਗੇਟਿਵ ਐਨਰਜੀ ਦੈਨ ਕੰਸਿਊਮਸ ਯੂ। ਉਹ ਟੇਕ ਓਵਰ ਕਰ ਲੈਂਦੀ ਆ ਬੰਦੇ ਦੀ ਜ਼ਿੰਦਗੀ ਨੂੰ। ਮੇਰੇ ਸਾਹਮਣੇ ਇੱਦਾਂ ਦੇ ਕਿੰਨੇ ਜ਼ਿਆਦਾ ਕੇਸ ਆ ਚੁੱਕੇ ਹੈਗੇ ਆ। ਅਨਫੋਰਚੁਨੇਟਲੀ ਕਈ ਵਾਰੀ ਇੱਕ ਹੋਰ ਬਹੁਤ ਭਾਰੀ ਗਲਤੀ ਜਿਹੜੀ ਲੋਕ ਕਰਦੇ ਹੈਗੇ ਆ, ਉਹ ਇਹ ਆ ਕਿ ਜਦੋਂ ਉਹਨਾਂ ਨੂੰ ਇੱਦਾਂ ਫੀਲ ਹੁੰਦਾ ਕਿ ਉਹਨਾਂ ਦੇ ਉੱਤੇ ਕਿਸੇ ਗਲਤ ਚੀਜ਼ ਦਾ ਸਾਇਆ ਹੈਗਾ ਆ ਜਾਂ ਕੋਈ ਗਲਤ ਸ਼ਕਤੀ ਦਾ ਉਹਨਾਂ ਦੇ ਉੱਤੇ ਅਸਰ ਹੈਗਾ ਆ, ਅਤੇ ਉਹ ਇੱਦਾਂ ਦੇ ਜਗ੍ਹਾ 'ਤੇ ਜਾਣ ਲੱਗ ਜਾਂਦੇ ਹੈਗੇ ਆ ਕਿ ਜਿੱਥੇ ਬਹੁਤ ਲੋਕ ਉੱਦਾਂ ਦੇ ਹੀ ਆਉਂਦੇ ਆ ਕਿ ਜਿਨ੍ਹਾਂ ਦੇ ਕੋਲ ਸਿਮਿਲਰ ਪ੍ਰੋਬਲਮਾਂ ਹੁੰਦੀਆਂ ਹੈਗੀਆਂ, ਉਹ ਤਾਂ ਫਿਰ ਫਰੈਂਡਾਂ ਨੂੰ ਫਰੈਂਡ ਮਿਲ ਜਾਂਦੇ ਆ, ਉਹ ਚੀਜ਼ਾਂ ਹੋਰ ਵੀ ਸਟਰੋਂਗ ਹੋ ਜਾਂਦੀਆਂ, ਹੋਰ ਵੀ ਪੱਕੀਆਂ ਹੋ ਜਾਂਦੀਆਂ ਹੈਗੀਆਂ। ਇੱਦਾਂ ਦੀ ਕੋਈ ਜਗ੍ਹਾ ਨਹੀਂ ਹੈਗੀ ਜਿਹੜੀ ਅੱਜ ਤੱਕ ਮੇਰੇ ਸਾਹਮਣੇ ਆਏ ਹੋਵੇ ਕਿ ਜਿੱਥੇ ਕਿਸੇ ਨੇ ਮੈਨੂੰ ਕਿਹਾ ਹੋਵੇ ਕਿ ਆਰਤੀ ਜੀ ਅਸੀਂ ਉੱਥੇ ਗਏ ਤਾਂ ਠੀਕ ਹੋ ਗਏ, ਹੋਰ ਪ੍ਰੋਬਲਮ ਆਪਣੇ ਨਾਲ ਹੀ ਲੈ ਕੇ ਆਉਂਦੇ ਆ, ਉਹ ਚੀਜ਼ਾਂ ਫਿਰ ਆਪਣਾ ਕੁਛ ਫਰੈਂਡ ਫੜ ਕੇ ਹੀ ਲੈ ਕੇ ਆਉਂਦੇ ਆ, ਸੋ ਉਹ ਪ੍ਰੋਬਲਮ ਉੱਥੇ ਹੀ ਰਹਿੰਦੀ ਆ, ਉਹ ਘੁੰਮਣ ਘੇਰੀਆਂ 'ਚ ਫਸੇ ਰਹਿੰਦੇ ਹੈਗੇ ਆ।
then it doesn't happen easily. These things don't go away easily. Jinni jada der de rahe tusi inhanu apni zindagi ch rehn donge unhanu kadna onna hi aukha ho jana hega ya. Mainu haje tak yaad aa ke main ek mundi di help kiti sigi and kaafi kuch oda sahi ho gaya siga itthe tak ke unnu bahar jaan di vi nu permission mil gayi sigi nahi ta utthe de hospital wale nu section karan di soch rahe sige. ਉਹ ਮਾਂ ਪਿਓ ਤਰਫ ਰਹੇ ਸੀਗੇ ਕਿ ਅਸੀਂ ਕਰੀਏ ਤੇ ਕੀ ਕਰੀਏ ਇੱਕ ਵਾਰੀ ਉਹ ਘਰੋਂ ਨੱਠ ਗਿਆ ਪੁਲਿਸ ਨੂੰ ਫੜ ਕੇ ਲੈ ਕੇ ਫਿਰ ਵੀ ਉਹ ਪੁਲਿਸ ਵਾਲੇ ਨੇ ਉਹਨੂੰ ਖੁਦ ਘਰ ਛੱਡਤਾ ਕਹਿੰਦੇ ਕਿ ਨਹੀਂ ਚਲੋ ਕੋਈ ਗੱਲ ਨਹੀਂ ਯੂਨੇ ਸਿਰਫ ਇੰਨੇ ਉਹ ਜਿਹੜੇ ਅਸੀਂ ਪਾਠ ਕੀਤੇ ਇੰਨੇ ਰੈਮਡੀਜ਼ ਕੀਤੇ ਜਿਹਦੇ ਨਾਲ ਉਹ ਠੀਕ ਹੋ ਜਾਵੇ ਠੀਕ ਹੋਣ ਵੀ ਲੱਗ ਗਿਆ ਇੱਥੇ ਤੱਕ ਠੀਕ ਹੋਣ ਲੱਗ ਗਿਆ ਕਿ ਉਹ ਬਾਹਰਲੀ ਕੰਟਰੀ 'ਚ ਵੀ ਚਲਾ ਗਿਆ ਫਿਰ ਬਾਹਰਲੀ ਕੰਟਰੀ 'ਚ ਜਾ ਕੇ ਫਿਰ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਪੁੱਛਣ ਕਿਸੇ ਦੇ ਕੋਲ ਪੁੱਛਣ ਦੇ ਲਈ ਗਏ ਹੋਣੇ ਆ ਉਹਨਾਂ ਨੇ ਫੇਰ ਕੁਝ ਗਲਤ ਕਰਵਾਤਾ ਗਲਤ ਦੱਸਤਾ ਤੇ ਮੁੰਡਾ ਫੇਰ ਹੀ ਵੈਨ ਬੈਕ ਟੂ ਲਾਈਕ ਯੂ ਨੋ ਸਟੇਜ 1 ਆਲ ਓਵਰ ਅਗੇਨ ਫਿਰ ਜਿੰਨੀ ਵੀ ਮਿਹਨਤ ਕੀਤੀ ਸੀਗੀ ਜਿੰਨਾ ਵੀ ਹਾਰਡ ਵਰਕ ਕੀਤਾ ਸੀਗਾ ਆਲ ਵੈਨ ਡਾਊਨ ਦ ਡਰੇਨ ਇਟਸ ਵੈਰੀ ਡਿਸਅਪੋਇੰਟਿੰਗ ਸੋ ਇੱਦਾਂ ਦੇ ਜਿਹੜੇ ਕੇਸ ਹੁੰਦੇ ਹੈਗੇ ਨਾ ਇਹਨਾਂ ਦੇ ਵਿੱਚ ਰਿਸਕ ਨਹੀਂ ਲੈਣੀ ਚਾਹੀਦੀ ਹੈਗੀ ਜੇ ਕੁਝ ਸਹੀ ਹੋ ਰਿਹਾ ਹੈਗਾ ਉਹਨੂੰ ਦੁਬਾਰਤੀ ਗਲਤ ਨਾ ਕਰੋ ਤੁਸੀਂ ਪਰਮਾਤਮਾ ਦੀ ਸ਼ਕਤੀ ਦਾ ਸਹਾਰਾ ਲੈਂਦੇ ਹੈਗੇ ਹੈ ਨਾ ਹੈਵ ਪੇਸ਼ੈਂਸ ਹੈਵ ਪੇਸ਼ੈਂਸ and trust in God, have faith in God, ke Rab meri madad karuga, fir Rab thodi madad zarur karunga and you'll notice differences, you'll notice changes. Je tusi putthi energy da dwarti sahara launge ya tusi kisi shaitani shakti da dwarti sahara launge, help launge, it's going to take you right back to square one again. Fir tusi ki karange, tusi fas jange, tusi stuck ho jange, tusi utthe block ho jange, ruk jange. It's not going to help you. Tusi apne aap nu strong banao. Make your energy positive, make your energy strong. That's what's going to help you move forward in life. Not anything else. Hun tusi decide karo, tusi socho, ke actually tusi chande ki hai. What is it that you want? What is it that you want to do? How is it that you want to move forward? ਚਾਹੁੰਦੇ ਆ ਇਹ ਤੁਹਾਡਾ ਡਿਸੀਜਨ ਆ ਤੁਹਾਡੀ ਚੋਇਸ ਆ ਯੂ ਡਿਸਾਈਡ ਵਾਈ ਇਜ਼ ਦੈਟ ਯੂ ਵਾਂਟ ਟੂ ਡੂ ਜਿਸ ਡਾਇਰੈਕਸ਼ਨ ਦੇ ਵਿੱਚ ਤੁਸੀਂ ਅੱਗੇ ਵਧਣਾ ਚਾਹੁੰਦੇ ਆ ਅੱਗੇ ਜਾਣਾ ਚਾਹੁੰਦੇ ਆ ਯੂ ਕੈਨ ਮੂਵ ਫੋਰਵਰਡ ਇਨ ਦੈਟ ਡਾਇਰੈਕਸ਼ਨ ਪਰ ਉਹਦੇ ਲਈ ਮਿਹਨਤ ਕਰਨੀ ਪਊਗੀ ਕੋਸ਼ਿਸ਼ ਕਰਨੀ ਪਊਗੀ ਫਿਰ ਹੀ ਕਿਤੇ ਜਾ ਕੇ ਉਹ ਚੀਜ਼ ਪੋਸੀਬਲ ਹੋ ਸਕਦੀ ਆ ਚਲੋ ਹੁਣ ਮੈਂ ਜਾ ਰਹੀ ਹਾਂ ਛੋਟੀ ਜਿਹੀ ਬ੍ਰੇਕ ਦੇ ਬਾਅਦ ਆਈ ਵਿਲ ਸੀ ਯੂ ਗਾਇਸ ਆਫਟਰ ਅ ਵੈਰੀ ਸ਼ੋਰਟ ਬ੍ਰੇਕ ਥੈਂਕ ਯੂ